ਗਰਮ ਤੋਂ ਹੀ ਜਿਹੜਾ ਸਭ ਚ ਹਕਾਰ ਕੇ ਉੱਠਦਾ ਉੱਤੇ ਖੜਾ, ਜਨੂਨ ਤਾਂ ਭੱਤ ਹੋ ਗਈ ਮਗਰ ਪੈ ਜਾਈਏ ਇਹਦੇ, ਇਕੱਲੇ ਕਬੂਤਰਾਂ ਦੀਆਂ ਬਈ ਹੋਰ ਕੁਛ ਕਰਨਾ ਨੀ ਗਾ, ਬਾਜੀਆਂ ਚ ਉੱਡਣ ਦੀ ਚਾਸੀ ਮਰ ਜਾਂਦੀ ਹੈ ਜੋੜੇ ਆਸ ਨੇ ਕਬੂਤਰ ਦੀ ਕੂਦਰੀਆਂ ਪਾੜੋ ਨਾ ਅਰਥ ਬਾਈ ਯਾਰ। ਹੁਣ ਮੇਰੀ ਗੱਲ ਸੁਣੋ, ਹੁਣ ਇਹ ਥੋੜਾ ਨੌਨ ਵੈਜ ਜ਼ਿਆਦਾ ਹੋ ਜੂਗਾ, ਸਮਾਂ ਦੀ ਆਂਡੇ ਲਾ ਕੇ ਕੂਦਰੀਆਂ ਵੱਧ ਉੱਡਦੀਆਂ ਬਈ, ਗਰਮਾਇਸ਼ ਲੈ ਕੇ ਨਿਕਲ ਜਾਂਦੀ ਹੈ, ਫਰਕ ਲੱਗਿਆ ਕੁਛ ਪੰਜਾਂ ਦਿਨਾਂ ਚ ਬਾਈ ਯਾਰ। ਕਬੂਤਰ ਥੱਲੋਂ ਘਲੋਟਰਿਆਂ ਵਰਗੀ ਹੋ ਗਈ, ਆਂਡੇ ਚੋਂ ਬੱਚਾ ਨਿਕਲਣ ਖਾਤਰ 37.5 ਡਿਗਰੀ ਟੈਂਪਰੇਚਰ ਚਾਹੀਦਾ ਬਾਈ, ਜਿਹੜੇ ਅਖੀਰਲੇ 2 ਜਾਂ 3 ਦਿਨ ਹੁੰਦੇ ਨਾ ਉਹ ਮੋਇਸਚਰ 70 ਤੋਂ 80 ਚਾਹੀਦਾ। ਸੁੱਕੀਆਂ ਕਾਲੀਆਂ ਮਿਰਚਾਂ ਦੇ ਦਿਓ, ਸੁੱਕੀਆਂ ਕਾਲੀਆਂ ਮਿਰਚਾਂ, ਕਾਲੀਆਂ ਮਿਰਚ ਸੁੱਕੀਆਂ, ਜਿਹੜੀ ਨਵੰਬਰ 'ਚ ਬੱਚੇ ਗਿੱਝਦੇ ਆ ਨਾ ਉਹ ਵੱਧ ਸੱਟ ਮਾਰਨਗੇ ਬਾਜੀਆਂ 'ਚ। ਸਾਹਮਣੇ ਤੇ ਇੱਕ ਦਿਨ ਪਹਿਲਾਂ ਸਾਹ ਮਿਲ ਗਿਆ ਨਾ ਬਾਈ, ਬੁੱਢੂ ਵੀ ਤੁਹਾਡਾ ਉਹ ਵੀ ਆਲੂ ਬਖੇਰ ਵਾਲੀ ਗੇਮ 'ਤੇ ਆ ਜਾਓ। ਹੁਣ ਜਿਵੇਂ ਸੱਤ ਵਾਲੀ ਦਿਮਾਗ ਵਾਲੇ ਹੋਇਆ ਦੋ ਅੱਜ, ਕਿਉਂਕਿ ਬਾਈ ਯਾਰ ਗੱਲ ਆਇਆ ਦੱਸੀ ਹੁਣ ਮੇਰਾ ਵੀਰ ਸਹੀ ਦੱਸੀ ਵੀ ਨਹੀਂ, ਮੈਂ ਜਿਹੜੇ ਜੇ ਨਹੀਂ ਬਾਈ ਕੱਲੀ ਪਤਾ ਕੀ ਹੈ, ਮੈਂ ਤੁਹਾਨੂੰ ਗੱਲ ਦੱਸਦਾ ਗੇਮ 'ਤੇ ਦੀ ਟਾਈਮਿੰਗ ਅਪਸੈਟ ਹੋ ਜਾਂਦੀ। ਜਲਦੀ ਬਾਈ ਇਹਦੇ ਵਿੱਚ ਵੀ ਇੱਕ ਚੱਕਰ ਹੈ ਆਪਣਾ, ਹੁਣ ਜਿਵੇਂ ਆਪਾਂ ਕੂਤ ਨੂੰ ਜਿਵੇਂ ਸੱਤ ਵਾਲੀ ਬਾਜੀ ਹੈ ਨਾ, ਸੱਤ ਵਾਲੀ ਬਾਜੀ ਦੇ ਬਦਾਮ ਦੇ ਕੇ ਉੱਤੋਂ ਦੀ ਪਾਣੀ ਦੇ ਦੋਗੇ ਕੂਤ ਨੂੰ ਕੋਈ ਚੱਕਰ ਨਹੀਂ ਪੈਂਦਾ। ਅੱਛਾ, ਜਿੱਦੇ ਲੋ ਚੱਲਦੀ ਹੋਈ ਨਾ ਜੇ ਬਦਾਮ ਉੱਤੋਂ ਦੀ ਪਾਣੀ ਦੇਵੋਗੇ ਕੂਤ ਨੂੰ ਦਿੱਕਤ ਆਊਗੀ ਆਊਗੀ, ਉਹਨੇ ਬਦਾਮ ਲੰਮੇ ਲੈ ਕੇ ਜਾਣੇ ਆ, ਲੰਮੇ ਲਊਗਾ 12 ਦੇ ਉੱਤੇ ਟਪਾਊਗਾ। ਕਈ ਕਈ ਬੰਦੇ ਖਿਡਾਰੀਆਂ ਦੀ ਗੇਮ ਦੇਖੀ ਕੂਤਰ ਪਲਟਾ ਕੇ ਛੱਡਦੇ ਆ, ਕੂਤ ਜਿਹੜੇ ਬਦਾਮ ਲੈਣੇ ਤਾਂ ਅੰਦਰ ਲੈ ਕੇ ਬਹਿ ਗਿਆ ਬਾਈ, ਤੇ ਪੋਟੇ 'ਚ ਕੁਛ ਮਰਜ਼ੀ ਕਰੀਏ ਤੁਸੀਂ, ਆਪਾਂ ਪੋਟਾ ਨਹੀਂ ਵੇਖਣਾ, ਕੂਤਰ ਦੀ ਅੰਦਰ ਵੇਖਣਾ ਕਿ ਬਦਾਮ ਕਿੰਨੇ ਖਿੱਚੇ ਆਉਣੇ, ਇਹ ਚੀਜ਼ ਦਾ ਵੀ ਹੈ। ਹੁਣ ਇਹ 'ਚ ਵੀ ਬਾਈ ਗੇਮ, ਹੁਣ ਚਲੋ ਰਾਹੁਲ ਬਾਈ ਬੈਠਾ, ਚਲੋ ਮੈਨੂੰ ਦੱਸ ਹੀ ਦਿੰਦਾ, ਆਲੂ ਬਖੇਰ ਵਾਲੀ ਗੇਮ 'ਤੇ ਆ ਜਾਓ। ਹੁਣ ਜਿਵੇਂ ਸੱਤ ਵਾਲੀ ਦਿਮਾਗ ਵਾਲੇ ਹੋਇਆ ਦੋ ਅੱਜ, ਕਿਉਂਕਿ ਬਾਈ ਯਾਰ ਗੱਲ ਆਇਆ, ਅਸੀਂ ਹੁਣ ਰਾਹੁਲ ਤੋਂ ਮੇਰਾ ਕੋਈ ਓਲਾ ਨਹੀਂ, ਭਰਾਵਾਂ ਵਾਲੀ ਗੱਲ ਹੈ, ਕੁਛ ਚੀਜ਼ਾਂ ਦਾ ਓਲਾ ਹੈ, ਠੀਕ ਹੈ, ਪਰ ਆਪਾਂ ਰਾਹੁਲ ਨੇ ਮੇਰੇ ਤੋਂ ਪੁੱਛਿਆ ਨਹੀਂ ਕਦੇ ਅਤੇ ਮੈਂ ਦੱਸਿਆ ਵੀ ਨਹੀਂ, ਠੀਕ ਹੈ। ਜੇ ਆਪਾਂ ਰਾਹੁਲ ਪੁੱਛ ਲਏ ਅੱਜ ਵੀ ਗੜੀ, ਮੈਂ ਡੈਰੀ ਚੱਕ ਕੇ ਮੂਹਰੇ ਰੱਖ ਦੂੰਗਾ ਬਈ ਯਾਰ ਰਾਹੁਲ ਮੈਂ ਐਂ ਕਰ ਦਿੰਦੇ ਆਹ ਪਈ ਹੈ, ਅਤੇ ਮੇਰੇ ਭਰਾ ਨੂੰ ਵੀ ਉਦਾਂ ਐਵੇਂ ਕਹਾਂ, ਮੈਂ ਮੇਰੇ ਭਰਾ ਨੂੰ ਲਿਖ ਕੇ ਕਾਪੀ 'ਤੇ ਸਾਰਾ ਕੁਛ ਉਵੇਂ ਮੂਹਰੇ ਕਰਤਾ ਸੀ, ਜਿਸ ਨਾਲ ਮੇਰਾ ਵੱਡਾ ਬਾਈ ਜਿਹੜਾ ਮੇਰੇ ਨਾਲ ਬਾਈ, ਜਿਸ ਨੇ ਵੀ 2 ਹੈ, ਇੱਕ ਪੰਜਾਬ ਵਾਲੇ ਇੱਕ ਹਰਿਆਣੇ ਵਾਲੇ ਵਾਲਾ, ਹਰਿਆਣੇ ਵਾਲਾ ਮੇਰਾ ਸਗਾ ਭਾਈ ਹੈ ਜਿਹੜਾ ਬਾਜੀਆਂ 'ਤੇ ਜਾਂਦਾ, ਮੈਂ ਕਦੇ ਬਾਜੀ 'ਤੇ ਨਹੀਂ ਜਾਂਦਾ ਬਾਈ, ਡੈਰੀ ਸਾਰਾ ਕੁਛ ਲਿਖਾਤਾ ਨੂੰ ਮੈਂ ਜਿਸ ਨੇ ਆਹ ਟਾਈਮ ਤੋਂ ਆਪਾਂ ਐਂ ਕਰਨਾ, ਗੇੜਿਆਂ ਤੋਂ ਐਂ ਕਰਨਾ, ਸਾਰਾ ਕੁਛ ਲਿਖਾਇਆ ਹੋਇਆ ਮੇਰਾ, ਆਪਾਂ ਰਾਹੁਲ ਨੂੰ ਅੱਜ ਵੀ ਫੜਾ ਦਈਏ, ਆਪਾਂ ਨੂੰ ਕੋਈ ਚੱਕਰ ਨਹੀਂ ਗਾ। ਆਲੂ ਬਖਾਰੇ ਤਾਂ ਗਲਦੀ ਬਾਈ ਆਏ ਆ, ਜਿਵੇਂ ਹੁਣ ਬਾਜੀ ਆਲੂ ਬਖਾਰੇ ਵੀ 2 ਤਰ੍ਹਾਂ ਦੇ ਲੱਗਦੇ ਆ, ਦੱਸੀ ਹੁਣ ਮੇਰਾ ਵੀਰ ਸਹੀ ਦੱਸੀ ਵੀ ਨਹੀਂ, ਮੈਂ ਜਿਹੜੇ ਬਾਈ ਕੱਲੀ ਪਤਾ ਕੀ ਹੈ, ਮੈਂ ਤੁਹਾਨੂੰ ਗੱਲ ਦੱਸਦਾ ਗੇਮ 'ਤੇ, ਜੋ ਮੇਰੀ ਗੇਮ ਹੈ, ਮੈਂ ਲੋਕਾਂ ਦਾ ਬਾਈ, ਲੋਕ ਬਹੁਤ ਸਿਆਣੇ ਬੈਠੇ, ਆਪਣੇ ਨਾਲ ਤਕੜੇ ਖਿਡਾਰੀ ਬੈਠੇ ਤੇ ਬਹੁਤ ਚੰਗੇ ਬੈਠੇ, ਮੈਂ ਤਾਂ ਤੁਹਾਡੇ ਕੋਲ ਆਇਆ ਨਾ, ਮੈਂ ਕਿਉਂਕਿ ਜਿਹੜੀ ਮੈਂ ਗੇਮ ਕਰਦਾ ਮੇਰੀ ਗੇਮ 'ਤੇ ਉੱਡੇ ਵੇ ਆ। ਆਲੂ ਬਖਾਰਾ ਤਾਂ ਬਾਈ ਲਾਉਣ ਦਾ ਤਰੀਕਾ ਵੀ ਆ, ਉਹ ਤਾਂ ਭਰਾਵਾ ਦੱਸਦਾ ਨਹੀਂ ਮੈਂ, ਕਿਉਂਕਿ ਕਿੱਲਾ ਆਲੂ ਬਖਾਰਾ ਕਿਵੇਂ ਦੇ ਕਿਵੇਂ ਲੱਗਦਾ, ਕੋਈ ਲੋਕ ਕਹਿੰਦੇ 3 ਨੂੰ ਦੇ ਦਿਓ, ਉੱਥੇ ਉਹ ਚੀਜ਼ ਮਾਰ ਪੈਂਦੀ ਹੈ ਕਬੂਤਰ ਦੀ, ਜਦੋਂ ਆਪਾਂ 3 ਨੂੰ ਦੇਤਾ ਐਂ ਕਰਤਾ, ਉੱਥੇ ਉਹ ਚੀਜ਼ ਦਾ ਫਰਕ ਹੈ, ਬਸ ਉਹ ਚੀਜ਼ ਨਹੀਂ ਮੈਂ ਦੱਸਦਾ, ਉਹ 'ਚ ਓਲਾ ਵੀ ਹੈ ਅਤੇ ਹੈ ਵੀ ਓਲਾ, ਸਾਰਾ ਗੇਮ ਹੀ ਆਲੂ ਬਖਾਰੇ ਦੀ ਉੱਥੇ ਪੈਂਦੀ ਹੈ, ਕਿਉਂਕਿ ਕਈ ਵਾਰੀ ਕਬੂਤਰ ਬਾਹਲੇ ਉੱਡ ਜਾਂਦਾ, ਕਈ ਵਾਰੀ ਘੱਟ ਉੱਡਦਾ, ਬਸ ਉੱਥੇ ਫਰਕ ਪੈਂਦਾ। ਚਲੋ ਆਸੇ ਪਾਸੇ ਵਾਲੇ ਦਾ ਦੱਸੋ। ਹਾਂ ਉਹ ਮੈਂ ਤੁਹਾਨੂੰ ਮੇਨ ਦੱਸਦਾ, ਹੁਣ ਆਪਣੇ ਆ ਬਾਈ 7 ਵਾਲੀ ਬਾਜੀ ਪੈਂਦੀ ਹੈ, ਤੁਸੀਂ ਆਲੂ ਬਖਾਰਾ ਨਾਲ ਲਾ ਦਿਓ ਬਦਾਮਾਂ ਦੇ, ਤੁਹਾਡਾ ਕਬੂਤਰ ਹੱਥ ਨਹੀਂ ਜਾਂਦਾ ਨਹੀਂ, ਕਿੰਨੇ ਟਾਈਮ ਬਾਅਦ ਨਹੀਂ, ਬਦਾਮਾਂ ਉੱਤੋਂ ਹੀ ਦੇ ਦਿਓ, ਨਾਲ ਦੇ ਦਿਓ, ਕਬੂਤਰ ਤੁਹਾਡਾ ਹੱਥ ਨਹੀਂ ਜਾਂਦਾ ਨਹੀਂ, 7 ਵਾਲੀ ਬਾਜੀ ਨੂੰ ਤੁਹਾਡਾ ਪੱਧਰ ਹੋ ਕੇ ਉੱਡਣ ਲੱਗ ਜੂਗਾ, ਤੁਸੀਂ ਬਦਾਮ ਖਿੱਚਾ ਵਾਲਾ ਆਲੂ ਬਖਾਰਾ ਲਾ ਦਿਓ 7 ਵਾਲੀ ਬਾਜੀ ਨੂੰ, ਤੁਹਾਡਾ ਹੱਥ ਨੇ ਰੱਬ ਜੀ ਵੜੀ ਜਾਊਗਾ, ਰੱਬ ਜੀ ਖਿੱਚੇ ਲਾਓਗੇ 7 ਵਾਲੀ ਬਾਜੀ ਨੂੰ, ਰੱਬ ਜੀ ਵੜੀ ਜਾਊਗਾ। ਇਹੀ ਗੇਲ ਬਾਈ ਗਰਮੀ 'ਚ ਹੈ, ਜੇ ਗਰਮੀ ਫੁੱਲ ਪਈ ਨਹੀਂ ਤੁਹਾਡੀ, ਬਦਾਮ ਖਿੱਚੇ ਲਾ ਦਿਓ, ਤੁਹਾਡਾ ਕਬੂਤਰ ਚੰਗਾ ਉੱਡੂਗਾ, ਜੇ ਨਾਲ ਦੀ ਨਾਲ ਲਾਓਗੇ ਤੁਹਾਡਾ ਕਬੂਤਰ ਪਾਣੀ ਨਹੀਂ ਜਾਊਗਾ। ਜਿਹੜਾ ਲਾਸਟ ਦੇ ਵਿੱਚ ਕਬੂਤਰ ਜਾਂਦੇ ਉਹਦਾ ਕਾਰਨ ਇਹ ਫਿਰ ਆਲੂ ਬਖਾਰਾ ਹੀ ਬਾਈ, ਸਾਰਾ ਮੇਨ ਕਬੂਤਰ ਆਲੂ ਬਖਾਰ ਨੂੰ ਭਜਾਉਂਦਾ ਵੀ ਹੈ ਤੇ ਆਲੂ ਬਖਾਰੇ ਖੜਾਉਂਦਾ, ਇਹ ਜਿਹੜੇ ਬੰਦੇ ਨੂੰ ਉਹ ਬਾਈ ਜਿਹੜੀ ਦੂਜੀ ਗੱਲ ਦੱਸੀ ਹੈ ਨਾ, ਤੁਹਾਨੂੰ ਕਿਵੇਂ ਲਾਉਣਾ ਤੇ ਕੀ ਲਾਉਣਾ ਤੇ ਕਾਹਤੋਂ ਲਾਉਣਾ, ਉੱਥੇ ਫਰਕ ਹਾਲ ਆਲੂ ਬਖਾਰੇ ਦਾ। ਇਹ ਜਿਹੜੇ ਖਿਡਾਰੀ ਆ ਬਾਈ ਦੱਸ ਦਿੰਦੇ ਆਲੂ ਬਖਾਰਾ ਲਾ ਦਿਓ, ਉਹ ਐਂ ਦੱਸਦੇ ਕਿਵੇਂ ਲੱਗੂਗਾ, ਹੈ ਓਲਾ, ਛੋਟੀ ਜਿਹੀ ਗੱਲ ਦੀ ਓਲਾ, ਮੈਨੂੰ ਵੀ ਕਿਸੇ ਭਰਾ ਨੇ ਸਿੱਧਾ ਕੀਤਾ ਸੀ, ਬਸ ਹੈ ਥੋੜ੍ਹਾ ਜਿਹਾ ਓਲੀ ਉਸ ਚੀਜ਼ ਦਾ। ਚਲੋ ਤੁਹਾਡੇ ਓਲੇ ਵਾਲੇ 'ਚ ਆਪਾਂ ਨਹੀਂ ਜਾਂਦੇ, ਸਹੀ ਕਿਹੜਾ ਆਲੂ ਬਖਾਰਾ? ਆਲੂ ਬਖਾਰਾ ਬਾਈ ਮਿੱਠਾ ਹੋਵੇ ਖਾਣ 'ਚ, ਖੱਟਾ ਨਾ ਹੋਵੇ,
ਮਿੱਠਾ ਆਲੂ ਖਾਰਾ ਹੋਵੇ। ਮੈਂ ਤਾਂ ਬਈ ਇੱਥੋਂ ਆਪਣੇ ਡੱਬਣ ਨੂੰ ਲੈ ਲੈਂਦਾ ਵੇਖ ਕੇ ਚੈੱਕ ਕਰਕੇ ਜਿਹੜਾ ਮਿੱਠਾ ਲੱਗਦਾ ਲੈ ਕੇ ਮੈਂ ਤਾਂ ਮੰਨ ਕੇ ਰੱਖ ਲੈਂਦਾ ਕਰੇ। ਇੱਕ ਦੀ ਬਈ ਹੋਰ ਗੱਲ ਹੈ, ਆਲੂ ਖਾਰਾ ਮੈਨੂੰ ਲੱਗਦਾ ਪੰਜਾਬ 99% ਖਿਡਾਰੀ ਲਾਉਂਦੇ ਹੋਣਗੇ, 99 to 99.5 ਹੋ ਜਾਣਗੇ, 5 ਓਹਲਾ ਰਹੂਗਾ ਲਾਉਂਦੇ ਆ, 5 ਓਹਲਾ ਰਹੂਗਾ। ਐਂ ਕਹਿੰਦੇ ਅਸੀਂ ਨਹੀਂ ਲਾਉਂਦੇ, ਪਰ ਉਹਦੇ ਘਰੇ ਜਾ ਕੇ ਕਿਲੋਆਂ ਦੇ ਹਿਸਾਬ ਨਾਲ ਪਿਆ ਹੁੰਦਾ ਬਈ, ਪਹਿਲਾਂ ਸਟਾਕ ਕੀਤਾ ਪਾਤੀ ਪਿਆ ਹੁੰਦਾ, ਉਹ ਬਾਕੀ ਗੜਗੜ ਰੱਖਿਆ ਹੁੰਦਾ। ਹਾਂ, ਪਰ ਉਹ ਚੀਜ਼ ਤਾਂ ਲੋਕ ਕਹਿੰਦੇ ਅਸੀਂ ਨਹੀਂ ਲਾਉਂਦੇ, ਲੋਕਾਂ ਨੂੰ ਕਮਲੇ ਬਣਾਉਣ ਵਾਸਤੇ ਬਈ ਇਹ ਵੀ ਕਹਿਣਾ ਪੈਂਦਾ। ਮੈਂ ਜੇ ਕਹਿੰਦਾ ਮੈਂ ਨਹੀਂ ਲਾਉਂਦਾ, ਮੈਂ ਲਾਉਣਾ ਬਈ, ਪਰ ਮੈਂ ਟੈਂਪਰੇਚਰ ਕਈ ਵਾਰ ਲਾਉਂਦਾ ਵੀ ਨਹੀਂ, ਇਹ ਵੀ ਨਹੀਂ ਮੈਂ ਨਹੀਂ ਲਾਉਂਦਾ ਵੀ ਨਹੀਂ, ਪਰ ਮੈਂ ਟੈਂਪਰੇਚਰ ਤੇ ਕਬੂਤਰ ਵੇਖਦਾ ਬਈ। ਹੁਣ ਮੇਰਾ ਕਬੂਤਰ 6:30 ਘਰੇ ਬੈਠੀ ਜਾਂਦਾ, ਮੈਂ ਇਹਨੂੰ ਆਲੂ ਬੁਖਾਰਾ ਲਾਊਂਗਾ ਭਜਾਊਂਗਾ ਬਈ ਉਹਨੂੰ, ਕਬੂਤਰ ਵੀ ਵੇਖਣਾ ਪੈਂਦਾ ਕਈ ਵਾਰ। ਕਈ ਵਾਰ ਲੱਗਦਾ ਕਿੰਨੇ ਕੁ ਟੈਂਪਰੇਚਰ ਤੇ ਹੈ ਵੀ ਬਾਈ, ਇਹ ਥੱਲੇ ਲਾਵੇ ਨਾ ਬੰਦਾ ਕਹਿਣ ਤੋਂ ਬਾਅਦ ਇਹਨੂੰ ਸਮਝ ਆਲਾ, 41 ਤੋਂ ਥੱਲੇ ਲਾਉਂਦਾ ਤਾਂ ਕੋਈ ਫਾਇਦਾ ਨਹੀਂ। ਮੈਂ ਤੁਹਾਨੂੰ ਸਿੱਧੀ ਗੱਲ ਦੱਸ, 41 ਥੱਲੇ ਲਾਉਂਗੇ ਤੁਸੀਂ ਆਪਦਾ ਕਬੂਤਰ ਭਜਾਉਂਗੇ, ਤੁਸੀਂ 42 ਰੱਖ ਲਓ, 42 ਤੱਕ ਤਾਂ ਲਾਉਣਾ ਪਊ ਬਈ, 42 ਦਾ 5:30-6 ਵਜੇ ਨੋਟ ਸਵਾਲਾ ਹੈ। ਤੁਸੀਂ ਆਲੂ ਖਾਰ ਲਾਉਂਗੇ ਥੋੜਾ ਕਬੂਤਰ ਭੱਜੂ ਭੱਜੂ ਜੇ ਤੇਲ ਲੱਗ ਗਿਆ ਤਾਂ। ਇਹ ਵੀ ਲਾਉਂਦਾ ਦੱਸਿਆ ਨਾ ਬਈ ਇੱਕ ਲਾਉਣ ਦਾ ਤਰੀਕਾ ਹੀ, ਬਸ ਉੱਥੇ ਜੇ ਗੇਮ ਘੁੰਮਦੀ ਹੈ ਇੱਕ ਕਿਵੇਂ ਲੱਗਦਾ, ਬਸ ਫਰਕ ਉੱਥੇ ਹੀ ਹੈ ਇਕੱਲਾ ਟਾਈਮ ਨਾ ਆਲੂ। ਹਾਂ ਨਹੀਂ ਟਾਈਮ ਦੀ ਕੋਈ ਚੱਕਰ, ਟਾਈਮ ਤੁਹਾਨੂੰ ਦੱਸਤਾ ਬਈ, ਟਾਈਮ ਤਾਂ ਮੈਂ ਤੁਹਾਨੂੰ ਕਲੀਅਰ ਹੀ ਕਰਤਾ ਬਈ। ਬਦਾਮ ਖਿੱਚਿਆ ਬਾਅਦ ਗਰਮੀ ਚ ਲਾ ਲਉਂਗੇ ਤਾਂ ਤੁਹਾਡਾ ਗਰਮੀ ਚੰਗਾ, ਜੇ ਬਦਾਮ ਖਿੱਚਿਆ ਬਾਅਦ ਠੰਡ ਥੋੜੇ ਮੱਠੇ ਦਿਨ ਚਲਾਉਂਗੇ ਤੁਹਾਡਾ ਕਬੂਤਰ ਹੱਥ ਨੇ, ਜਦਾਂ ਭੱਜੂਗਾ ਪਿੱਛੇ ਤਰੀਆਂ ਫੜ ਕੇ ਐਂ ਦੂਜੇ ਪਿੰਡ ਵੱਜਦਾ, ਉਹ ਸਿਸਟਮ ਹੋ ਜਾਂਦਾ ਬਈ ਇਹਦਾ। ਫਰਕ ਸਲਾਹ ਆਹੀ ਹੈ, ਕੋਈ ਬਾਹਲਾ ਫਰਕ ਨਹੀਂ ਕਬੂਤਰ ਵੱਜਦਾ ਆਲੂ ਖਿੱਚਦਾ, ਓਹਲੇ ਆ ਬਸ, ਨਿੱਕੀ ਨਿੱਕੀ ਗੱਲ ਹੈ, ਨਿੱਕੀਆਂ ਨਿੱਕੀਆਂ ਹੀ, ਬਸ ਲੋਕ ਉੱਥੇ ਜੇ ਘੁੰਮੇ ਫਿਰਦੇ ਆ। ਪੁਣ ਕੇ ਕਾਰਜ ਦੇ ਸਕਦੇ ਆ, ਕਿਉਂਕਿ ਪੁਣ ਤਾਂ ਬਈ ਕੱਪੜੇ ਨੇ ਪੁਣਿਆ ਜਾਂਦਾ, ਪੁਣਿਆ ਕੱਪੜੇ ਨਾਲ ਹੀ ਜਾਂਦਾ। ਬਕਾਪਾ ਮੇਨ ਚੁੰਨੀ ਹੁੰਦੀ, ਚੁੰਨੀ ਦੂਰ ਦੂਰੀ ਕਰਕੇ ਚੁੰਨੀ ਪਾਉਣ ਲੈਂਦੇ ਆ, ਦੂਰੀ ਤੀਰੀ ਕਰ ਲਓ, ਹਾਂ ਤੀਰੀ ਕਰ ਲਓ, ਪਾਣੀ ਦੇਣਾ ਬਈ ਉਹ ਤਾਂ ਯਾਰ, ਕੋਈ ਪਾਣੀ ਦੇਣਾ ਆਲੂ ਬੁਖਾਰੇ ਦਾ, ਤੇ ਬਸ ਉਹ ਥੋੜੀ ਜਿਹੀ ਗੱਲ ਹੀ ਆ ਬਈ ਗੱਲ ਦੀ। ਹੁਣ ਬਾਹਲਾ ਨਾ ਪੁੱਛੋ ਮੈਨੂੰ, ਫਿਰ ਉਹ ਜਮਾਂ ਹੀ ਓਪਣ ਵਾਲਾ ਕੰਮ ਹੋ ਜੂਗਾ, ਉਹ ਜਮਾਂ ਹੀ ਓਪਣ ਵਾਲਾ ਹੋ ਜੂਗਾ। ਜਿਹੜੀ ਗੱਲ ਵਿੱਚ ਲੁਕਾਉਣੀ ਆ ਮੈਂ ਲੁਕੋ ਲਈ, ਤੁਹਾਨੂੰ ਮੈਂ ਦੂਜੀ ਗੱਲ ਆ, ਜਿਹੜੀ ਗੱਲ ਦੱਸੀ ਆ ਐਵੇਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਸਾਰੀ ਗੱਲ ਦੱਸੀ, ਸਾਰੀ ਨਹੀਂ ਦੱਸੀ, ਥੋੜੀ ਜਿਹੀ ਗੱਲ ਕੋਈ ਹੈ ਵਿੱਚੋਂ ਤੇ ਉਹਦਾ ਹੀ ਉੱਲ ਹੈ। ਅੱਛਾ, ਆਲੂ ਬੁਖਾਰਾ ਹਰੇਕ ਬੰਦਾ ਲਾਉਂਦਾ, ਉਹ ਬਾਈ ਉਹ ਮਾਨਸਾ ਵਾਲਾ ਕੀ ਨਾਂ ਸੀ ਬਾਈ ਦਾ, ਉਹ ਬਾਈ ਨੀ ਆਲੂ ਖਾਦਾ ਕੁੱਕੜ ਰੱਖਣ ਲਾ ਆਉਂਦਾ, ਉਹ ਹਿਸਾਬ ਹੈ। ਹੁਣ ਬਾਈ ਯਾਰ 5 ਕਬੂਤਰ ਸਾਂਭ ਲਏ, ਬਾਈ ਯਾਰ 5 ਕਬੂਤਰ ਸਾਂਭ ਲਏ, ਇੱਕ ਤਾਂ ਬੰਦਾ ਇੱਕ ਕਬੂਤਰ ਇੱਕ ਬਾਈ 5 ਕਬੂਤਰ ਸਾਂਭੀ ਜਾਂਦਾ ਸੀ ਆਲੂ, ਇੱਕ ਤਾਂ ਤੁਹਾਡਾ ਏਡਾ ਪਹਾੜਾ ਉੱਡ ਗਿਆ ਤੁਹਾਡਾ, ਪਹਿਲੀ ਬਾਈ ਤੁਹਾਡਾ ਬਾਈ ਤੁਸੀਂ ਰਿਕਾਰਡ ਹੀ ਤੋੜਤਾ ਆਲੂ ਖਾਈ ਨਾ, ਪਹਿਲੀਆਂ ਚਾਰਾਂ ਸੀ ਸਕੇਮ ਬਾਈ ਆਲੂ ਹਰੇ ਤੇ ਬੜਾ ਕੁਛ ਆਪਾਂ ਹੀ ਲੱਗੇ, ਉਹ ਚਾਰੇ ਹਰੂ, ਉਹ ਪਹਿਲਾਂ ਕਦੇ ਕਬੂਤਰ ਥੋੜਾ ਸੈੱਟ ਹੁੰਦਾ ਉਹ ਉਨਾ ਕੁ ਆਲੂ ਖਰਾ ਝੱਲ ਜਾਂਦਾ, ਜਾਂ ਉਵੇਂ ਵੀ ਹੈਗਾ ਕਿ ਕਬੂਤਰ ਨੂੰ ਆਲੂ ਖਰਾ ਐਂ ਆ ਗਿਆ, ਬਸ ਉੱਥੇ ਜੇ ਗੇਮ ਅੜ ਜਾਂਦੀ ਸਾਰੀ। ਉਹ ਪਹਿਲਾਂ ਕਬੂਤਰ ਥੋੜਾ ਸੈੱਟ ਹੁੰਦਾ ਉੱਡ ਜਾਂਦਾ, ਜਿਹੜੇ ਚਾਰ ਹੁੰਦੇ ਆ ਉਹ ਆਲੂ ਖਰੇ 'ਚ ਗੜਬੜ ਹੋ ਜਾਂਦੀ ਉਹਨਾਂ ਦੀ। ਕਿਸੇ ਜਵਾਕਾਂ ਦਾ ਕਬੂਤਰ ਫੜ ਕੇ ਆਲੂ ਖਾਰਾ ਲਾ ਦਿਓ, ਪੱਕਾ ਜਿੱਤੂ, ਪੱਕਾ ਜਿੱਤੂ, ਪੱਕਾ 100% ਉਹਨਾਂ ਨੇ ਮਚਾਇਆ ਹੀ ਇੰਨਾ ਹੁੰਦਾ, ਜੇ ਉਹ ਆਲੂ ਬੁਖਾਰਾ ਲੱਗ ਜਾਂਦਾ ਉਹਨੂੰ ਐਂ ਲੱਗਦਾ ਮੈਂ ਛੇ ਬਸ ਹੁਣ ਨਹੀਂ, ਫਿਰ ਉੱਡਦਾ ਹੀ ਉੱਡਦਾ ਬਾਈ। ਅੱਛਾ, ਪੱਕੀ ਗੱਲ ਆ, ਇਹ ਤਾਂ ਪ੍ਰਤਿਆ ਕੇ ਵੇਖਿਆ ਵਾ ਕੰਮ। ਆਮਣੇ ਦਾ ਕਬੂਤਰ ਸੀ ਬਾਈ, ਐਤਕੀ ਮੈਂ ਤੁਹਾਨੂੰ ਦੱਸਦਾ, ਆਮਣੇ ਦਾ ਕਬੂਤਰ ਕਦੇ 10 ਵਜੇ ਤੱਕ ਉੱਡਿਆ ਕਰੇ, ਤੇ ਮੈਨੂੰ ਉਹਦਾ ਬਾਈ 10 ਵਜੇ ਤੱਕ ਉੱਡਦਾ, ਮੈਂ ਯਾਰ ਲਿਆ ਦੇਖੀ ਜਾਊਗੀ ਬਾਈ। ਪਹਿਲੇ 5 ਸੀਗਾ ਤੇ 5 2 ਆਪਣੀ, ਇੱਕ ਮੇਰੇ ਘਰੋਂ ਇੱਕ ਮੇਰੇ ਘਰੋਂ ਕੂਲਰ ਜਦਾ, ਮੈਂ ਮੂੰਹ ਚੱਕ ਚੱਕ ਚੜੇ, ਮੂੰਹ ਚੱਕ ਚੜਦਾ ਜੀ, ਪੰਨੀ ਵਾਲੇ ਜਾ ਉੜਿਆ, ਰਾਤ ਨੂੰ ਬੈਠਾ ਨਹੀਂ ਅਗਲੇ ਦਿਨ ਬਾਕੀ ਲਏ। ਅੱਛਾ, ਬੜਾ ਰਾਤ ਨੂੰ ਬੈਠਾ, ਬੜਾ ਚੰਗਾ ਆਮਣਾ ਮੁੰਡਾ ਵੀ 10 ਵਜੇ ਤੱਕ ਉੱਡਦਾ ਸੀ, ਨਵਾਂ ਸੀ, ਇਹਨੂੰ ਉਵੇਂ ਡਾਉਣੇ ਨਹੀਂ ਆਉਂਦੇ ਸੀ, ਜਾਂ ਧੱਕਾ ਧੁੱਕਾ ਘਰੇ ਡੰਡਾ ਹੀ ਮਾਰੀ ਜਾਂਦਾ ਬਈ ਘਰੇ ਉਹਦੇ, ਇਹਨੇ ਸਾਹਮਤਾ ਜਦੋਂ ਉਹਨੂੰ ਲੱਗ ਗਿਆ ਸਮਾਨ ਤੇ ਉਹ ਬਈ ਕਬੂਤਰ ਲੋਕਾਂ ਦੇ ਤਾਂ ਆ ਕੇ ਥੱਲੇ ਹੱਲਣ, ਉਹ ਐ ਉੱਤੇ ਉਹ ਚੜੇ ਵੀ ਆਓ ਕਿਹੜਾ ਮੇਰੇ ਨਾਲ ਚੜਦਾ, ਕਈ ਯਾਰ ਜਵਾਕਾਂ ਨਾਲ ਸਾਂਭ ਲਈਏ ਫਿਰ ਤਾਂ ਨਹੀਂ ਕੱਲੀ ਬਈ ਫਰਕ ਪੈਂਦਾ ਪਰ ਤਿਆਲ ਆਲੂ ਫਿਰ ਦਾ। ਆਲੂ ਖਾਰਾ ਕਬੂਤਰ ਨੂੰ ਤਕੜੀ ਇੰਨਾ ਕਰ ਲੈਂਦਾ ਅੰਦਰੋਂ, ਜਿਹੜਾ ਮੱਚਾ ਕਬੂਤਰ ਹੋਊਗਾ ਜਵਾਕਾਂ ਦਾ, ਬੰਦੇ ਤਾਂ ਬਈ ਅਲਮ ਗਲਮ ਦੇਈ ਜਾਂਦੇ ਆ, ਜਲਾਬ ਲਾਤਾ ਉਹ ਲਾਤਾ ਕਬੂਤਰਾਂ ਨੂੰ ਠੰਡੇ ਕਰੀ ਆ, ਹੁਣ ਜਿਹੜਾ ਜਵਾਕ ਆ ਉਹਨੂੰ ਕੀ ਪਤਾ ਜਲਾਬ ਦਾ, ਹੋਰ ਉਹਨੇ ਰੋਜ਼ ਡੰਡਾ ਮਾਰ ਦੇਣਾ ਕੱਢ ਕੇ ਗੁੱਡੇ 'ਚ, ਉਹਨਾਂ ਟੱਕਰੀ ਦੇਣਾ, ਉਹ ਜਿੱਦੇ ਸਾਫ਼ ਹੋ ਗਿਆ ਉਹਨੇ ਉੱਡਣਾ ਹੀ ਉੱਡਣਾ ਬਈ। ਬਿਲਕੁਲ ਸਹੀ ਗੱਲ ਆ। ਜੋੜੇ ਕਿਵੇਂ ਲਾਉਂਦੇ ਹੋ, ਕਿਹੜੇ ਹਿਸਾਬ ਨਾਲ, ਕੀ ਤਰੀਕਾ ਸਹੀ ਮੰਨਦੇ ਹੋ ਜੋੜੇ ਲਾਉਣ ਦਾ?
ਜੋੜੇ ਤਾਂ ਬਾਈ ਕਲਦੀਪ ਆ ਜਾਣਾ, ਨਸਲ ਦੇ ਹਿਸਾਬ ਨਾਲ ਹੀ ਲੱਗਦਾ। ਹੁਣ ਜੇ ਤੁਸੀਂ ਡਾਵੇ ਨੂੰ ਡਾਵਾ ਲਾਓਗੇ ਉਹ ਧੜਕ ਵੱਧਦੀ ਹੈ, ਠੰਡੇ ਠੰਡਾ ਲਾਓਗੇ ਫਿਰ ਉਹ ਵੀ ਦਿੱਕਤ ਆਉਂਦੀ ਹੈ। ਜੋੜੇ ਤਾਂ ਬਾਈ ਯਾਰ ਮੇਲ ਵਿਚਾਲੇ ਲਾਉਣਾ ਪੈਂਦਾ, ਬਲੱਡ ਲਾਈਨ ਦੇ ਹਿਸਾਬ ਨਾਲ ਜੋੜੇ ਲੱਗਦੇ ਆ। ਤੁਸੀਂ ਠੰਡੇ ਦੀ ਗੱਲ ਕਰੀ, ਠੰਡਾ ਗਰਮ ਹੋ ਗਿਆ, ਚਲੋ ਮੰਨ ਲੈ, ਗਰਮ ਕਬੂਤਰ ਹੈ ਕਿਹੜਾ ਬਾਈ ਯਾਰ? ਹੁਣ ਤੇ ਜੋੜਦਾ ਉਹਨਾਂ ਇਹ ਚ ਵੀ ਦੋ ਬੰਦਿਆਂ ਚ ਉਲਝਦੇ ਆ ਲੋਕ ਬਾਈ। ਭੈੜਾ ਤਾਂ ਯਾਰ ਗਰਮ ਤੋਂ ਹੀ ਜਿਹੜਾ ਸਭ ਚ ਹਕਾਰ ਕੇ ਉੱਡਦਾ ਉੱਤੇ ਖੜਾ, ਜੇ ਹਕਾਰੀ ਨਾ ਹਕਾਰਾ ਜੋੜਾ ਲਾਵਾਂਗੇ ਬਾਈ ਉਹ ਤਾਂ ਜਾਣਗੇ। ਪਹਿਲੀ ਹਕਾਰ ਉਹ ਚ ਬਾਹਲਾ ਹੁੰਦਾ, ਇੱਕ ਕਬੂਤਰ ਨੀਵੇ ਨੀਵੇ ਜੀ ਫਿਰਦੇ ਰਹਿੰਦੇ ਆ, ਉਹ ਮੱਠੇ ਹੁੰਦੇ ਆ, ਉਹ ਘੱਟ ਜਾਣ ਦੇ ਚਾਂਸ ਹੁੰਦੇ ਆ। ਓਕੇ, ਤੁਸੀਂ ਇਸ ਹਿਸਾਬ ਨਾਲ ਲਾਉਂਦੇ ਹੋ? ਮੇਰੇ ਕੋਲ ਬਾਈ ਗੁਲਾਬੀ ਬੇਟੇ ਵਾਲੇ ਕਬੂਤਰ ਆਏ ਦੇ ਆ, ਬੈਠੇ ਆ ਪਿਓ ਪੁਰਾਣੇ ਬੇਗੀ ਹੋਈ ਆਏ ਸੀ, ਉਹ ਹਕਾਰੀ ਆ। ਜੇ ਉਹਨਾਂ ਨੂੰ ਮੈਂ ਭੈੜੇ ਕਬੂਤਰਾਂ ਲਾਵਾਂ ਜਾਣਗੇ, ਉਹਨਾਂ ਨੂੰ ਮੈਨੂੰ ਖੜਾਉਣਾ ਪੈ ਰਿਹਾ ਤੇ ਖੜ ਵੀ ਗਏ, ਕੁਛ ਹੱਦ ਤੱਕ ਮੇਰੇ ਖੜ ਵੀ ਗਏ, ਨਹੀਂ ਗਏ ਫਿਰ ਸਾਹ ਜ਼ਰੂਰ ਜਾਵੜੇ ਇੱਕ ਅੱਧੀ ਵਾਜੂ ਗਏ ਆ ਪਿਛੇ, ਪਰ ਉਹਨੂੰ ਖੜਾ ਲਏ ਮੈਂ, ਉਹਨਾਂ ਨੀਗਾ ਉਹ ਹਕਾਰੇ ਕਬੂਤਰ ਹੈ ਤੇ ਉੱਡਦੇ ਵਾਲੇ ਆ ਪਰ ਜਾ ਵੜਦੇ ਆ। ਓਕੇ, ਖੜਦੇ ਨਹੀਂ? ਖੜਦੇ ਨਹੀਂ ਗਏ, ਉਹ ਫਿਰ ਖੜਾਉਣੇ ਪੈਂਦੇ ਆ ਬਈ ਬਲੱਡ ਲਾਈਨ ਦੇ ਹਿਸਾਬ ਨਾਲ। ਬਲੱਡ ਅਸਲ ਮੇਂ ਬਲੱਡ ਲਾਈਨ ਹੀ ਬਈ ਸਾਰਾ ਕੁਝ ਹੈ। ਲਾਉਣੇ ਕਿਹੜੇ ਟਾਈਮ 'ਚ ਜੋੜਾ? ਜੋੜਾ ਬਾਈ ਕੁਲਦੀਪ ਮੇਰੇ ਕੋਲ ਦਾ ਕਬੂਤਰ ਹੈਗਾ ਥੋੜ੍ਹੇ, ਮੈਂ ਤਾਂ ਐਵੇਂ ਕਹਾਂ ਸੱਤਵੇਂ ਜਦ 'ਚ ਜਾ ਕੇ ਲਾ ਆਉਂਦਾ, ਸੱਤਵੇਂ ਮਹੀਨੇ ਜਦ 'ਚ ਜਾ ਕੇ, ਕਿਉਂਕਿ ਜੋੜੇ ਥੋੜ੍ਹੇ ਆ ਮੇਰੇ ਕੋਲ, ਬਾਹਲੇ ਕਬੂਤਰ ਹੈ ਨਹੀਂ, ਕਿਉਂਕਿ ਮੇਰੇ ਕੋਲ ਅਗਲੇ 250 ਕਬੂਤਰ, ਆਪਣੇ ਕੋਲ 60-65 ਕਬੂਤਰ ਹੈ, ਉਹ ਥੋੜ੍ਹੇ ਰੱਖਦਾ। ਜਿਹੜੇ ਜਿੱਤ ਕੇ ਕਬੂਤਰ ਮੈਂ ਕਦੇ ਖੁੱਡੇ 'ਚ ਰੱਖੇ ਮੈਂ ਵੰਡ ਦਿੰਦਾ ਅਗਲੇ ਅੱਜਗਾਂ ਨੂੰ, ਜਿੱਤਿਆ ਕਬੂਤਰ ਬਹੁਤ ਘੱਟ ਖੁੱਡੇ 'ਚ ਰੱਖਦਾ ਮੈਂ, ਅੱਛਾ ਮੈਂ ਅਗਲੇ ਅੱਜਗਾਂ ਨੂੰ ਦੇ ਦਿੰਦਾ, ਪਰ ਥੋੜ੍ਹੇ ਜਿਹੇ ਕਬੂਤਰ ਰੱਖੀ ਹੈ ਉਹਨੀ ਸਾਂਭ ਸੁੱਕ ਕਰਨੀ ਸੌਖੀ ਹੈ, ਥੋੜ੍ਹੀ ਨਹੀਂ ਸੌਖੀ ਵੀ ਆ, ਸੌਖੀ ਹੈ। ਹੁਣ ਜੇ ਆਪਾਂ ਜੇ ਲਾਲਚ ਕਰਾਂਗੇ ਬਾਜ਼ੀਆਂ ਛੱਡਣ ਦਾ, ਬੱਚੇ ਵੱਧ ਕਢਾਵਾਂਗੇ ਬਈ, ਨਾ ਤਾਂ ਬਾਜ਼ੀਆਂ ਢੰਗਾਂ ਛੱਡੀਆਂ ਜਾਣਗੀਆਂ, ਉਹਨਾਂ ਹੀ ਵੱਧ ਹਾਰਾਂਗੇ ਬਈ। ਜੇ ਇੱਕ ਵਜੇ ਇੱਕ ਨੂੰ ਸਾਹਮਣਾ, ਇੱਕ ਵਜੇ 10 ਸਾਹਮਣਾ, ਬਈ ਫਰਕ ਪੈਂਦਾ। ਹੁਣ ਮੈਂ 40-45 ਬੱਚੇ ਹੁੰਦੇ ਆ, ਥੋੜ੍ਹੀਆਂ ਬਾਜ਼ੀਆਂ ਛੱਡ ਕੇ ਵਧੀਆ ਡੰਗਾ ਲੈ ਜਾਂਦਾ। ਹੁਣ ਜੇ ਮੈਂ 200 ਬੱਚਾ ਕਢਾਊਂਗਾ, 200 ਨਹੀਂ ਘੇਰਨੀ ਹੁੰਦੀ, ਥੋੜ੍ਹੇ ਜੋੜੇ ਆ, ਥੋੜ੍ਹੇ ਬੱਚੇ ਕਢਾਉਣੇ ਆ। ਮੰਨ ਕੇ 11ਵੇਂ ਮਹੀਨੇ 'ਚ ਮੈਂ ਜੋੜੇ ਪੱਟ ਦਿੰਦਾ ਬਈ, 11ਵੇਂ ਦੀ ਜਦੋਂ 5 ਹੋ ਗਈ ਉਦੋਂ ਬਾਅਦ ਜਿਹੜੇ ਜੋੜਿਆ ਥਲੇ ਬੱਚੇ ਆ ਉਹ ਰਹਿ ਗਏ, ਅੰਡੇ ਤਾਂ ਨਹੀਂ ਕਬੂਤਰ ਆਉਂਦੇ ਨਾ ਮੈਂ। ਕੁੱਲ ਮਿਲਾ ਕੇ ਸ਼ੌਂਕ ਹੀ ਕਰਦੇ ਹੋ ਤੁਸੀਂ? ਮੈਂ ਸ਼ੌਂਕ ਕਰਦਾ ਗਲੀ ਬਾਈ, ਆਪਾਂ ਨੂੰ ਪ੍ਰੋਫੈਸ਼ਨ ਨਹੀਂ ਬਣਦਾ ਇਸੀ 'ਚ, ਇੱਕ ਤਾਂ ਜਨੂੰਨ ਹੁੰਦਾ, ਇੱਕ ਆਪਣਾ ਸ਼ੌਂਕ ਹੁੰਦਾ। ਜਨੂੰਨ ਤਾਂ ਬੱਤ ਹੋ ਗਈ ਮਗਰ ਪੈ ਜਾਈਏ ਇਹਦੇ, ਇਕੱਲੇ ਕਬੂਤਰਾਂ ਦੀ ਆ ਬਈ, ਹੋਰ ਕੁਛ ਕਰਨਾ ਨਹੀਂਗਾ, ਆਪਾਂ ਨੂੰ ਸ਼ੌਂਕ ਆ ਬਈ, ਕਿਉਂਕਿ ਪਰਿਵਾਰ ਵੀ ਦੇਖਣਾ ਪੈਣਾ, ਪਰਿਵਾਰ ਦੇ ਹਿਸਾਬ ਨਾਲ ਚੱਲਣਾ ਪੈਣਾ, ਇੱਕ ਟਾਈਮ ਪਰਿਵਾਰ ਨੂੰ ਵੀ ਟਾਈਮ ਦੇਣਾ। ਜੇ ਆਪਾਂ ਇਕੱਲੇ ਕਬੂਤਰਾਂ ਦੇ ਹੋ ਗਏ ਫਿਰ ਆਪਾਂ ਨੂੰ ਪਰਿਵਾਰ ਦੀ ਪਰਿਵਾਰ ਵੀ ਥੋੜ੍ਹਾ ਜਿਹਾ ਈਰਖਾ ਹੀ ਕਰਨ ਲੱਗ ਜਾਂਦਾ ਹੈ, ਕਰਦਾ ਵੀਰੇ ਚ, ਕਿਉਂਕਿ ਹੁਣ ਘਰਦਿਆਂ ਨੂੰ ਵੀ ਟਾਈਮ ਦੇਣਾ ਪੈਣਾ ਤੇ ਕਬੂਤਰਾਂ ਨੂੰ ਵੀ ਟਾਈਮ ਦੇਣਾ ਪੈਣਾ। ਜੇ ਆਪਾਂ ਇਕੱਲੇ ਕਬੂਤਰਾਂ ਨੂੰ ਦਿਖਾਵਾਂਗੇ ਘਰੋਂ ਖਰਾਬ, ਜੇ ਘਰੇ ਇਕੱਲੇ ਘਰੇ ਘਰਦਿਆਂ ਦਿਖਾਵਾਂਗੇ ਫਿਰ ਆਪਣੀ ਜ਼ਿੰਦਗੀ ਦਾ ਸਾਲਾ ਪਰਪਸ ਨਹੀਂ ਰਹਿੰਦਾ, ਆਪਾਂ ਬਸ ਕਰਨਾ ਹੀ ਹੈ ਜੀ ਬੱਜੀ ਜਾਂਦੇ। ਉਹ ਤੋਂ ਬਾਅਦ ਸ਼ੌਂਕ ਵੀ ਨਾਲ ਜ਼ਰੂਰੀ ਆ ਬਈ ਕੰਮ ਦੇ, ਦੋਨੇ ਚੀਜ਼ਾਂ ਹੀ ਆ, ਇਕੱਲਾ ਕੰਮ ਵੀ ਨਹੀਂ ਇਕੱਲਾ ਸ਼ੌਂਕ ਵੀ ਨਹੀਂ। ਓਕੇ, ਇਕੱਲੇ ਸ਼ੌਂਕ ਮੈਂ ਆਪਾਂ ਘਰ ਖਰਾਬ ਕਰਾਂਗੇ ਅਤੇ ਕੰਮ ਸ਼ੌਂਕ ਆਪਾਂ ਦੋਨੇ ਰੱਖਣੇ ਪੈਣਗੇ, 50-50 ਰੱਖਣੇ ਪੈਣਾ। ਹਾਂ, ਕੋਈ ਦੋ ਰਾਏ ਨਹੀਂ। ਅੱਛਾ, ਜੋੜੇ ਪਾੜਦੇ ਕਦੋਂ ਬਈ? 11 ਨਵੰਬਰ ਚ ਉਸੇ 11 ਨਵੰਬਰ ਦੀ 5 ਤਰੀਕ ਤੋਂ ਬਾਅਦ ਜੋੜੇ ਪਾੜਨੇ ਸਟਾਰਟ ਆਪਣੇ, ਜਿਵੇਂ ਜਿਵੇਂ ਬੱਚੇ ਪਲੀ ਜਾਣਗੇ ਆਪਾਂ ਜੋੜੇ ਪਾਸੇ ਕਰੀ ਜਾਣੇ ਆ। ਇੱਕ ਹੋਰ ਆ ਵਿਕਲਦੀ, ਜਿਹੜੇ ਨਵੰਬਰ 'ਚ ਬੱਚੇ ਗਿੱਝਦੇ ਆ ਨਾ, ਉਹ ਵੱਧ ਸੱਟ ਮਾਰਨਗੇ ਬਾਜ਼ੀਆਂ 'ਚ। ਨਵੰਬਰ 'ਚ ਜਿਹੜੇ ਨਵੰਬਰ 'ਚ ਬੱਚੇ ਗਿੱਝਦੇ ਆ ਉਹ ਬਾਜ਼ੀਆਂ 'ਚ ਹਮੇਸ਼ਾ ਸੱਟ ਵੱਧ ਮਾਰਨਗੇ, ਇੱਕ ਨੋਟ ਰੱਖਿਓ ਗੱਲ, ਬਹੁਤ ਚੰਗੇ ਜਿਹੜੇ ਆਪਾਂ ਪਹਿਲਾਂ ਬੱਚੇ ਹੋ ਜਾਂਦੇ ਨਾ ਉਹ ਮਸਤੀ ਇੰਨੇ ਜਾਂਦੇ ਆ। ਇੱਕ ਗਲਦੀ ਬਾਈ ਹੋਰ ਗੱਲ, ਇੱਕ ਦਿਨ ਮੈਂ ਇੱਕ ਗੱਲ ਹੋਰ ਦੱਸਦਾ ਜੀ, ਆਪਾਂ ਪਤਾ ਕੀ ਕਰਦੇ ਹਾਂ ਜਦੋਂ ਪਹਿਲਾਂ ਜੋੜੇ ਲਾ ਆਉਂਦੇ ਹਾਂ, ਪੱਠੇ ਪੱਠਿਆਂ ਬਣ ਜਾਂਦੇ ਆ, ਕਬੂਤਰ ਅੱਡ ਕਬੂਤਰੀਆਂ ਅੱਡ, ਉਹ ਜੋੜੇ ਆਸਮੇ ਲਾਈ ਜਾਂਦੇ ਆ, ਉਹਨਾਂ ਦੇ ਬਾਈ ਬਾਜ਼ੀਆਂ 'ਚ ਉੱਡਣ ਦੀ ਚਾਸੀ ਮਰ ਜਾਂਦੀ ਹੈ ਜੋੜੇ ਆਸਮੇ। ਅੱਛਾ, ਕਦੇ ਵੀ ਕਬੂਤਰ ਤੁਸੀਂ ਕਬੂਤਰੀਆਂ ਪਾੜੋ ਨਾ, ਆਂਡੇ ਲਾਈਆਂ ਸਿੱਟੀਆਂ ਉਹ ਵਾਰ, ਕੋਈ ਚੱਕਰ ਨਹੀਂ ਪੈਂਦਾ। ਇਹ ਕੀ ਕਾਰਨ ਬਾਈ? ਮੈਂ ਤਾਂ ਇੰਨੇ ਸਾਲ ਹੋ ਗਏ, ਬਹੁਤ ਬੰਦੇ ਖਿਡਾਰੀ ਦੇਖੇ ਵੀ ਆ, ਮੁਤਾਬਕ ਦੱਸਿਓ ਗੱਲ ਇਹ ਕੀ ਅਰਥ ਬਾਈ ਯਾਰ? ਹੁਣ ਮੇਰੀ ਗੱਲ ਸੁਣੋ, ਹੁਣ ਇਹ ਥੋੜਾ ਨੌਨ ਵੈਜ ਜ਼ਿਆਦਾ ਹੋ ਜਾਊਗਾ, ਗਲਤ ਲਾਈਨ ਵੀ ਫੜੀ ਜਾਊਗੀ, ਕਈ ਬੰਦਾ ਕਰਕੇ ਕਰਦਾ ਸੁਣਨ ਦੀ ਰਿਕਾਰਡਿੰਗ ਵੀਡੀਓ ਹੁੰਦੀ ਹੈ, ਮੁਸ਼ਕਲ ਹੋ ਜਾਂਦਾ। ਕਬੂਤਰ ਕਬੂਤਰਾਂ ਲੱਗੀ ਜਾਊਗਾ ਖੁੱਡੇ ਬੈਠਾ, ਉਹਦਾ ਬਾਈ ਉਹਨੂੰ ਜੋੜਾ ਲਾਉਣ ਦੀ ਸੂਈ ਨਹੀਂ ਆਉਂਦੀ, ਜਿਵੇਂ ਹੁਣ ਕਬੂਤਰ ਕਬੂਤਰੀਆਂ ਰਹੂਗਾ ਉਹਨੂੰ ਪਤਾ ਬਈ ਕਬੂਤਰ ਕਬੂਤਰੀ ਲੱਗਣੇ ਆ, ਠੀਕ ਹੈ, ਜਦੋਂ ਪਾੜ ਲਈ ਉਹਨੂੰ ਕਬੂਤਰੀ ਖੁੱਡੇ 'ਚ ਮਿਲਦੀ ਨਹੀਂ, ਉੱਡਣ ਦਾ ਧਿਆਨ ਹੋ ਜਾਊਗਾ ਉਹਦਾ। ਤੇ ਜੇ ਆਪਾਂ ਕਬੂਤਰ ਕਬੂਤਰ ਛੱਡੀ ਰੱਖੇ, ਕਬੂਤਰ ਇੱਕ ਪਾਸੇ ਕਬੂਤਰੀਆਂ ਕਬੂਤਰੀਆਂ ਲੱਗੀ ਜਾਣਗੀਆਂ,
ਕਬੂਤਰ ਕਬੂਤਰਾਂ ਲੱਗੀ ਜਾਣਗੇ, ਉਹ ਆਪਦੇ ਜੋੜੇ ਵੱਲ ਧਿਆਨ ਹੋਊਗਾ, ਉੱਡਣ ਦੇ ਧਿਆਨ ਨਹੀਂ ਦੇਣਾ। ਅੱਛਾ, ਜੋੜੇ ਮੈਂ ਬਈ ਉਦੋਂ ਪਾੜਦਾ ਜਦੋਂ ਕਬੂਤਰ ਕੱਢਣੇ ਹੋਣ, ਨਹੀਂ ਮੈਂ ਜੋੜੇ ਨਹੀਂ ਪਾੜੇ ਕਦੇ। ਮਤਲਬ ਤੁਸੀਂ ਕਬੂਤਰੀਆਂ ਅੱਡ ਕਬੂਤਰ ਅੱਡ ਕੱਢਦੇ ਨਹੀਂ? ਕੱਢਦੇ ਨਹੀਂ ਬਈ, ਵਿੱਚ ਹੀ ਫਿਰਦੇ ਆ। ਨਾਲ ਤਾਂ ਜਦੋਂ ਕਬੂਤਰ ਸਿੱਧੇ ਕਰੂੰਗਾ ਘਰੇ ਸਿੱਧੇ ਆਉਣਗੇ, ਕਬੂਤਰ ਜੋੜੇ 'ਚ ਮਸਤ ਹੁੰਦੇ ਸਿੱਧੇ ਆ ਜਾਂਦੇ ਆ, ਜਿਹਦੇ ਜੋੜੇ 'ਚ ਪਾਸੇ ਕਰ ਲਏ ਬਈ ਉਹ ਜੋੜਾ ਉਹਦਾ ਟੁੱਟ ਜਾਂਦਾ, ਚੱਸ ਟੁੱਟਦੇ ਇਹਨਾਂ ਦੀ। ਹਾਂ, ਉਹ ਉੱਡਣ 'ਚ ਹੋ ਜਾਂਦੇ ਇਕੱਲੇ। ਜੇ ਆਪਾਂ ਨੂੰ ਇਕੱਠੇ ਰੱਖਾਂਗੇ ਉਹਨਾਂ ਦੀ ਦਿੱਕਤ ਆਉਂਦੀ ਹੈ ਉਸ ਹਿਸਾਬ ਦੀ। ਹੈ ਪੁਆਇੰਟ, ਖੈਰ ਗੱਲ ਸੋਚਣ ਵਾਲੀ ਹੈ ਬਾਈ ਇਹ ਚੀਜ਼ ਦਾ। ਮੈਂ ਪਹਿਲਾਂ ਸਿਆਣੇ ਆਪੇ ਸਮਝਣ, ਹਾਂ ਸਮਝ, ਬਹੁਤ ਖਿਡਾਰੀ ਵੇਖੇ ਆ, ਬਹੁਤ ਖਿਡਾਰੀ, ਕੁਛ ਤਾਂ ਖਿਡਾਰੀ ਇਹ ਹੈ ਜੋੜੇ ਜਦੋਂ ਕਬੂਤਰ ਫਰਸਰ ਕਰਦੇ ਉਦੋਂ ਪੜਦੇ ਆ, ਤੇ ਕਈ ਵਾਰੀ ਜਦੋਂ ਕੱਢਣ ਵੇਲੇ ਪੜਦੇ। ਮੈਂ ਕੱਢਣ ਵੇਲੇ ਪੜਦਾ, ਮੈਂ ਕੱਢਣ ਵੇਲੇ ਜਦੋਂ ਕਬੂਤਰ ਕੱਢਣੇ ਆ ਉਦੋਂ ਜੋੜੇ ਪਾੜੂੰਗਾ, ਨਹੀਂ ਲਾਈ ਜਾਣਗੇ ਅੰਡੇ ਕਬੂਤਰੀਆਂ ਬਾਈ। ਸਮਾਂ ਦੀ ਅੰਡੇ ਲਾ ਕੇ ਕਬੂਤਰੀਆਂ ਵੱਧ ਉੱਡਦੀਆਂ ਬਾਈ, ਗਰਮਾਇਸ਼ ਲੈ ਨਿਕਲ ਜਾਂਦੀ ਹੈ। ਤੁਸੀਂ ਆਪਣੇ ਵੇਖੋ ਕਦੇ, ਹੁਣ ਕਈ ਵਾਰੀ ਖੁੱਡੇ 'ਚ ਆਪਾਂ ਕਿਸੇ 'ਚ ਖਿਡਾਈ ਜਾਂਦੇ ਯਾਰ, ਕਬੂਤਰ ਲੱਗੇ ਬੈਠੇ ਆਪਦੇ ਤੋੜਦੇ ਨਹੀਂ ਬਈ, ਬਾਜੀ ਸੱਟ ਨਹੀਂ ਮਾਰਦੇ ਜਿਹੜੇ ਆਪ ਸਮੇਂ ਲਾ ਕੇ ਥੱਪ ਥੱਪ ਕਰਕੇ ਬਹਿ ਜਾ ਕਰਨਗੇ। ਤੁਹਾਡੀ ਗੱਲ ਤੋਂ ਮੈਂ ਇੱਕ ਹੋਰ ਗੱਲ ਕਰਦਾ, ਜਦੋਂ ਆਪਾਂ ਕਿਸੇ ਤੋਂ ਜੋੜਾ ਲੈ ਕੇ ਆਉਂਦੇ ਹਾਂ, ਮੰਨ ਲਓ ਤੁਸੀਂ ਰਾਹੁਲ ਤੋਂ ਲਿਆ, ਠੀਕ ਆ, ਉਹਦੀਆਂ ਝੋਲੀਆਂ ਕਿੰਨੀਆਂ ਕਢਾਉਣ 'ਚ ਫਾਇਦਾ? ਬਾਈ ਯਾਰ ਮੈਂ ਤਾਂ ਚਾਰ ਨਵੇਂ ਕੂਤਰਾਂ ਦਾ 2 ਜਾਂ 4 ਬੱਚੇ ਵੱਧ ਤੋਂ ਵੱਧ। ਕਿਉਂ ਬਾਈ ਯਾਰ, ਆਪਾਂ ਸਾਲ ਬਹੁਤ ਔਖਾ ਆਉਂਦਾ ਕੁਲਦੀਪ, ਸਾਲ 'ਚ ਬਾਈ ਇੱਕ ਜੋੜਾ ਪਾਸ ਕਰਨ 'ਚ ਸਾਲ ਲੱਗ ਜਾਏ। ਪਹਿਲੀ ਗੱਲ ਤਾਂ ਕੁਲਦੀਪ ਬਾਈ ਗੱਲ ਜਾਣਦਾ ਮੈਂ ਯਾਰ, ਜਾਂ ਤਾਂ ਕਿਸੇ ਨੂੰ ਕੂਤਰ ਦਿਓ ਹੀ ਨਾ, ਆਪਣਾ ਆਪਣੀ ਥਿੰਕਿੰਗ ਜਿਹੜੀ ਹੈਗੀ ਹੈ। ਜਦ ਅਗਲੇ ਕਹਿੰਦੇ ਬਈ ਮੇਰੇ ਕੋਲ ਤਾਂ ਹੈ ਨਹੀਂ ਗੇ, ਮੈਂ ਤਾਂ ਦਿੰਦਾ ਨਹੀਂ, ਜਾਂ ਅਗਲੇ ਕਹਿੰਦਾ ਵੀ 2 ਮਹੀਨੇ ਰੁਕ ਜਾਓ, 3 ਮਹੀਨੇ ਰੁਕ ਜਾਓ, ਠੀਕ ਹੈ, ਅਗਲੇ ਨੂੰ ਐਂ ਕਹਿ ਦੇਈ ਦਿਆ, ਤੇ ਜੇ ਦਿਓ ਤਾਂ ਚੰਗਾ ਦਿਓ, ਕਿਉਂਕਿ ਇੱਕ ਸਾਲ ਬਹੁਤ ਔਖਾ ਆਉਂਦਾ ਬਾਈ। ਕਬੂਤਰਬਾਜ਼ੀ ਦਾ ਸਾਲ ਆਪਣੀ ਸਾਲ ਜ਼ਿੰਦਗੀ ਦਾ ਘਟਦਾ, ਤੇ ਕਬੂਤਰਬਾਜ਼ੀ ਦਾ ਨਵਾਂ ਸਾਲ ਆਉਂਦਾ। ਕਦੇ ਵੀ ਕਬੂਤਰ ਕਿਸੇ ਨੂੰ ਮਾੜਾ ਨਾ ਦਿਓ, ਇਹਦੇ ਨਾਲ ਜਵਾਬ ਦੇ ਦਿਓ। ਕਿਉਂ ਕਢਾਉਣੇ ਚਾਹੀਦੇ ਵੀ 4 ਜਾਂ 2 ਬੱਚੇ, ਕਿਉਂ ਕਢਾਉਣੇ? ਕਾਰਨ ਕਲਦੀ ਬਈ, ਉਹ ਨਵਾਂ ਜੋੜਾ ਹੁੰਦਾ, ਵੱਧ ਕਿਉਂ ਨਹੀਂ ਕਢਾਉਣੇ? ਨਵਾਂ ਜੋੜਾ ਹੁੰਦਾ ਬਈ, ਉਹਦਾ ਆਪਾਂ ਨੂੰ ਸਿਲੈਕਟ ਪਤਾ ਨਹੀਂ ਕੀ ਕਰਨ ਕੀ ਨਾ, ਜੇ ਵਧੀਆ ਉੱਡ ਗਏ ਤਾਂ 2 ਹੋਰ ਵੱਧ, ਅਗਲੇ ਸਾਲ ਵੱਧ ਨਿਕਲ ਜਾਣਗੇ। ਕਿਉਂਕਿ ਆਪਣੇ ਇੱਕ ਕਲਦੀ ਬਈ ਯਾਰ, ਦੂਜੀ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ, ਆਪਣੀ ਕਹਾਵਤ ਹੈਗੀ ਹੈ। ਹੁਣ ਜੇ ਮੈਂ ਰਾਹੁਲ ਕਹੀ ਹਾਂ, ਰਾਹੁਲ ਕੋਲ ਅਲਟੋ ਜਿੱਤੇ ਆ, ਅਲਟੋ ਵਾਲਾ ਬਲੱਡ ਆ, ਮੈਂ ਅਲਟੋ ਵਾਲਾ ਲਿਆ ਕੇ ਆਪਦਾ ਨਹੀਂ ਸਿੱਟ ਲਾਂ, ਠੀਕ ਆ, ਅਲਟੋ ਵਾਲੇ ਮਗਰ ਪੈ ਜਾ, ਮੈਂ ਆਪਦਾ ਨਹੀਂ ਕਦਰ ਨਾ ਕਰਾਂ, ਕਿਸੇ ਟਾਈਮ ਮੇਰੇ ਵਾਲੇ ਨੇ ਮੇਰੀ ਕਦਰ ਪਾਈ ਹੈ, ਮੇਰੇ ਕਬੂਤਰ ਉੱਡੇ ਆ, ਠੀਕ ਆ, ਆਪਣੇ ਹੁਣ ਰਾਹੁਲ ਨੇ, ਚਲੇ ਇੱਕ ਗੱਲ, ਰਾਹੁਲ ਮੈਨੂੰ ਜਵਾਬ ਵੀ ਨਹੀਂ ਦਿੰਦਾ, ਪਰ ਰਾਹੁਲ ਦੇ ਘਰੋਂ ਪੁੱਛ ਲਈ, ਮੈਂ ਥੋੜ੍ਹੀ ਕਬੂਤਰ ਲੈ ਕੇ ਆਇਆ, ਤਾਂ ਮੈਂ ਕਬੂਤਰ ਮਸਾਂ ਹੀ ਲੈ ਕੇ ਆਇਆ ਹੂੰ, ਇੱਕ ਦੇ 2 ਬੱਚੇ ਆ, ਇੱਕ ਦਾ ਕੋਈ ਬੱਚਾ ਹੈ ਨਹੀਂਗਾ, ਮੈਂ ਹੋਰ ਕਬੂਤਰ ਨਹੀਂ ਲੈ ਕੇ ਰਾਹੁਲ ਦੇ ਘਰੋਂ, ਤੇ ਰਾਹੁਲ ਮੈਨੂੰ ਜਵਾਬ ਨਹੀਂ ਦਿੰਦਾ, ਤੇ ਰਾਹੁਲ, ਮੈਂ ਰਾਹੁਲ ਨੂੰ ਜਵਾਬ ਨਹੀਂ ਦਿੰਦਾ, ਪਰ ਮੈਂ ਜਿਹੜੇ, ਮੈਨੂੰ ਪਤਾ ਕਿ ਮੇਰੇ ਆਹ ਜਾਨਵਰਾਂ ਨੇ ਮੇਰਾ ਨਾਂ ਕਮਾਇਆ, ਕਿਸੇ ਟਾਈਮ ਬੰਦ ਇਹ ਕਬੂਤਰਾਂ ਨੇ ਮੈਨੂੰ ਵਧੀਆ ਰਿਜ਼ਲਟ ਦਿੱਤਾ, ਉਹਨਾਂ ਦੇ ਕਢਾਓ ਬਾਈ। ਇੱਕ ਗੱਲ ਹੋਰ ਵੀ ਹੁੰਦੀ ਹੈ ਬਾਈ, ਜਿਵੇਂ ਆਪਾਂ ਕਿਸੇ ਵੀਰ ਭਰਾ ਤੋਂ ਜੋੜਾ ਲਿਆਂਦਾ, ਠੀਕ ਹੈ, ਉਹ ਜੋੜਾ ਲਿਆਂਦਾ ਤੇ ਆਪਾਂ ਉਹਦੇ ਬੱਚੇ ਕਢਾ ਲਏ, ਮੈਨੂੰ ਤਾਂ ਇਹਨੇ ਦੇਤਾ, ਸਾਡੀ ਆਪਸ ਮੇਂ ਯਾਰੀ ਆ, ਆਪਾਂ ਉਹਦੇ ਬੱਚੇ ਕਢਾ ਲਏ, 4 ਕਢਾ ਲਏ, 6 ਕਢਾ ਲਏ, ਜੇ ਤਾਂ ਤੁਹਾਨੂੰ ਵਾਧਾ ਕਰਨਾ ਤਾਂ ਇੱਕ ਬੱਚੇ ਨਹੀਂ ਕਰ ਦੇਣਾ, ਨਹੀਂ ਤੁਸੀਂ 10 ਕਢਾ ਲਓ, ਉਹਨੇ ਵੀ ਨਹੀਂ ਕਰਨਾ, ਫਿਰ ਆਪਾਂ 10 ਕਢਾ ਕੇ ਉਹ ਲੋਕਾਂ ਨੂੰ ਵੰਡਾਂਗੇ, ਇਹਦੀ ਬਰੀਡ ਤਾਂ ਗਾਂਹ ਚਲੀ ਗਈ ਨਾ। ਬਿਹਤਰ ਇਹ ਹੈ ਵੀ 4 ਕਢਾਓ, ਕੋਈ ਇੱਕ ਅੱਧਾ ਮਰ ਜਾਂਦਾ, 3-4 ਰਹਿ ਜਾਣਗੇ, 1-2 ਡਾ ਕੇ ਦੇਖ ਲਓ, ਨਾਲੇ ਤਾਂ ਅਗਲੇ ਨੂੰ ਦੱਸੋ ਵੀ ਤੇਰਾ ਜੋੜਾ ਚੰਗਾ, ਨਾਲੇ ਆਪਦੀ ਬਰੀਡ ਕੰਮ ਆ ਜਾਂਦੀ ਹੈ, ਵੀ ਬਾਹਲੇ ਬੱਚੇ ਕਢਾਵਾਂਗੇ, ਨਾਲੇ ਤਾਂ ਇਹਦੀ ਬਰੀਡ ਖੰਡਾਵਾਂਗੇ, ਠੀਕ ਹੈ, ਨਾਲੇ ਆਪਦੇ ਨਹੀਂ ਕੰਮ ਆਉਣੇ। ਮੇਨ ਗੱਲ ਇਹ ਵੀ ਬੱਚੇ ਉਹਨੇ ਕਢਾਓ। ਹਾਂ, ਜੇ ਤੁਹਾਨੂੰ ਪਤਾ ਵੀ ਹਾਂ ਇਹ ਜੋੜੇ ਦੇ ਪਹਿਲਾਂ ਇਹਦੇ ਕੋਲ ਉੱਡਦੇ ਆ, ਆਪਾਂ ਵਧਾਉਣੇ ਆ, ਫਿਰ ਉਹਦੇ 4 ਜਾਂ 6 ਬੱਚੇ ਕਢਾ ਲਓ, 2 ਡਾ ਲਓ, 4 ਰੱਖ ਲਓ, ਵੀ ਬਿਹਤਰ ਤਾਂ ਇਹੀ ਹੈ ਵੀ 4 ਜਾਂ 6 ਬੱਚੇ ਕਿਸੇ ਵੀ ਜੋੜੇ ਦੇ ਜੇ ਆਪਾਂ ਲਿਆਉਣੇ ਆ ਤਾਂ ਕਢਾ ਲਓ। ਬਹੁਤ ਹੁੰਦੇ ਆ ਬੱਚੇ ਤਾਂ ਬਾਈ, ਹੁਣ ਮੇਰੇ ਕੋਲ ਵੀ ਹੈਗੀਆਂ ਬਰੀਡਾਂ ਜਾਂ ਲਿਆਂਦੀਆਂ, ਬੱਚੇ ਤਾਂ ਆਪਾਂ ਇਸ ਸਾਲ 1-2 ਕਬੂਤਰ ਹੀ ਮਿਲਾਉਣੇ ਆ ਉਹਨਾਂ 'ਚੋਂ, ਦੂਜੇ 2-3 ਵਿਹਲੇ ਹੀ ਫਿਰਦੇ ਰਹਿੰਦੇ ਆ, ਉਹ ਕਦੇ ਭੁੱਲ ਭੁਲੇਖੇ ਅੱਕਿਆ ਹੁੰਦਾ ਬੰਦਾ ਦੇ ਬਹਿੰਦਾ ਕਿਸੇ ਨੂੰ, ਬਾਅਦ 'ਚ ਫਿਰ ਉਹਨਾਂ ਗੱਲਾਂ ਕਰਕੇ ਵਿਵਾਦ ਬਣਦੇ ਆ, ਜਦੋਂ ਅਗਲੇ ਕੋਲ ਉੱਡ ਖੜਦੇ ਆ ਫਿਰ ਆਪਣੇ ਵਰਗਾ ਕਹਿੰਦਾ ਵੀ ਛੇਤੀ ਮੋੜ ਮੋੜ, ਆਹ ਗੱਲ ਵੀ ਹੋ ਜਾਂਦੀ ਹੈ, ਨਾਲੇ ਅਗਲੇ ਦੀ ਬਰੀਡ ਗਾਂ ਜਾਂਦੀ। ਕੁਲਦੀਪ ਬਾਈ, ਲੋਕ ਕਬੂਤਰ ਜਾਣਦੇ ਆ ਮੋੜਨ ਵੇਲੇ, ਬਹੁਤ ਭਰਾ ਹੁੰਦੇ ਆ ਜਿਹੜੇ ਦੱਸਦੇ ਵੀ ਉੱਡੇ ਆ,
ਤੇ ਬਾਈ ਮੋੜ ਕੇ ਵੀ ਗਏ ਆ ਐਤਕੀ ਬਾਈ ਉਹ ਜਿੰਦਰ ਡੱਲੇ ਤੋਂ ਆਪਣਾ ਸਰਦਾਰ ਬੰਦਾ ਕੈਨੇਡਾ ਬਾਈ ਉਹਦੇ ਕੋਲ ਆਪਣੇ ਕਬੂਤਰ ਗਏ ਬਹੁਤ ਚੰਗੇ ਉੱਡੇ ਤਪੇ ਤੋਂ ਮੁੰਡੇ ਅਮਨ ਕਮਲ ਹੋਰੀ ਆਪਾਂ ਤਾਂ ਕਬੂਤਰ ਲੈ ਗਏ ਸੀ ਬਹੁਤ ਚੰਗਾ ਕਬੂਤਰ ਤਾਂ ਬੰਦੇ ਕੋਲ ਬਹੁਤ ਉੱਡੇ ਬੀਲੇ ਵੀ ਗਏ ਆ ਭਾਈ ਰਾਹੁਲ ਦੇ ਪਹਿਲਾਂ ਕਬੂਤਰ ਮੁੰਡਾ ਕਬੂਤਰ ਡਾ ਕੇ ਗਿਆ ਪੀਤਾ ਉਹਦੇ ਕੋਲ ਗਏ ਆ ਬਹੁਤ ਚੰਗੇ ਉੱਡੇ ਆ ਬਾਈ ਇੱਕ ਮੁੰਡਾ ਉੱਧਰ ਆਪਣੇ ਅੰਮ੍ਰਿਤਸਰ ਕੰਨੀ ਆ ਅਮਨ ਸ਼ਰਮਾ ਉਹ ਵੀ ਆਪਾਂ ਤਾਂ ਕਬੂਤਰ ਲੈ ਗਿਆ ਬਹੁਤ ਚੰਗੇ ਉੱਡੇ ਦੇ ਕੋਲ ਬਾਈ ਪਾਉਂਦੇ 2 ਸਾਲ ਰੁਕ ਕੇ ਦੇ ਦਿਉ ਅਗਲੇ ਨੇ ਕਹਿੰਦੇ ਬਾਈ ਮੇਰੇ ਕੋਲ ਹੈ ਨਹੀਂ ਰੁਕ ਕੇ ਆ ਜੀ ਪਰ ਅਗਲੇ ਨੇ ਦਿਓ ਚੰਗਾ ਅਗਲਾ ਬਾਅਦ 'ਚ ਫੋਨ ਕਰਕੇ ਖੁਦ ਦੱਸੇ ਬਾਈ ਹਾਂ ਤੈਨੂੰ ਦਿੱਤੇ ਸੀ ਅਤੇ ਚੰਗੇ ਉੱਡੇ ਕਿਉਂਕਿ ਅਗਲਾ ਬਾਅਦ 'ਚ ਬਾਈ ਖੁਰਾਕ ਵੀ ਪਾਈ ਜਾਵੇ ਉੱਡੇ ਨਾਲ ਬਾਅਦ 'ਚ ਗਾਲ ਹੀ ਕੱਢਦਾ ਹੁੰਦਾ ਗਾਲ ਵੀ ਐਡੀ ਕੱਬੀ ਕੱਢਦਾ ਪੁੱਛੋ ਨਾ ਉਹਦੇ ਨਾਲ ਅਗਲੇ ਜਵਾਬ ਦਿੱਤਾ ਚੰਗਾ ਗੁੱਸਾ ਉਹ 5-10 ਮੈਂ ਹੁਣ ਮੈਨੂੰ ਬਹੁਤ ਕਹਿੰਦਾ ਤੂੰ ਕਬੂਤਰ ਨਹੀਂ ਦਿੰਦਾ ਮੈਂ ਬਾਈ ਪੁੱਤਾਂ ਵਾਂਗੂ ਪਾਲੇ ਆ ਠੀਕ ਹੈ ਪਰ ਪੁੱਤ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਪੁੱਤਾਂ ਵਾਂਗੂ ਪਾਲੇ ਆ ਪਰ ਦੇਣੇ ਬਹੁਤ ਔਖੇ ਆ ਸਾਂਭ ਸੰਭਾਲ ਕਰਨੀ ਬਹੁਤ ਔਖੀ ਹੈ ਹੁਣ ਜੇ ਮੈਂ ਹੁਣ ਕਿ 4 ਰਾਹੁਲ ਤੋਂ ਲਿਆ 4 ਉੱਥੋਂ ਲਿਆ ਬੱਚੇ ਕਢਾਏ 50-60 ਇੱਕ ਤੂੰ ਲੈ ਜਾ ਇੱਕ ਤੂੰ ਲੈ ਜਾ ਉਹ ਤਾਂ ਮੈਂ ਕਿੰਨੇ ਮਰਜ਼ੀ ਕਰ ਲਾਂ ਬਾਈ ਜਿਹੜੇ ਕਬੂਤਰ ਸਾਂਭ ਕੇ ਰੱਖੇ ਆ ਉਹ ਦੇਣੇ ਬਹੁਤ ਔਖੇ ਹੋ ਜਾਂਦੇ ਬਹੁਤ ਔਖੇ ਹੁਣ ਮੈਂ ਤੁਹਾਨੂੰ ਜੇ ਤੁਸੀਂ ਮੇਰੇ ਕਬੂਤਰ ਦੇਖੀ ਆ ਕਿ ਚਲੋ ਐਤਕੀ ਹੁਣ ਮੇਰੇ ਕੋਲ ਕਬੂਤਰ ਘਰੇ ਘੱਟ ਤੁਸੀਂ ਦੇਖੇ ਹੋਏ ਮੇਰੇ ਕੋਲ 50-60 ਕਬੂਤਰ ਮਸਾਂ ਸੀ ਗਿਣਤੀ ਦੇ ਵੱਡੇ ਨੇ ਤਾਂ ਹੁਣੇ ਵੀ ਨਹੀਂ ਗਏ ਪਰ ਉਹਨਾਂ 'ਚ ਮੈਂ ਛਾਂਟ ਕੇ ਕਿਹਨੂੰ ਕੀ ਦੇਵਾਂ ਬਾਈ ਅਗਲੇ ਨੂੰ ਇੱਕ ਦੇ ਦਿਉ ਪਰ ਚੰਗਾ ਦਿਓ ਬਾਈ ਇੱਕ ਆ ਤੂੰ ਲੈ ਜਾ ਚੰਗਾ ਹੁਣ ਮੈਂ ਲੋਕਾਂ ਤੋਂ ਲਿਆ ਤੂੰ ਨਹੀਂ ਆਵਾਂ ਕੀ ਫਾਇਦਾ ਕਬੂਤਰ ਬਾਲੇ ਲਿਆਉਣ 'ਚ ਫਾਇਦਾ ਵੀ ਹੈ ਅਤੇ ਬਾਲੇ ਲਿਆਉਣ 'ਚ ਇੱਧਰ ਉੱਧਰੋਂ ਨੁਕਸਾਨ ਵੀ ਹੈ ਫਾਇਦਾ ਇਹ ਹੈ ਮੈਂ ਆਪਦੀ ਗੱਲ ਕਰਦਾ ਚਲੋ ਹਾਂਟੀ ਕੋਲ ਆਪਦੀ ਬਰੀਡ ਇਹਨੂੰ ਪਸੰਦ ਆ ਇਹ ਉਸੇ 'ਤੇ ਹੀ ਖੁਸ਼ ਆ ਮੈਂ ਜੇ ਮੇਰੇ ਖਿਆਲ ਆਏ ਕਬੂਤਰ ਨਾਲ ਲਿਆਉਂਦਾ ਮੈਂ ਹਰ ਪੰਜਾਬ ਦੇ ਖੁੱਡੇ 'ਚੋਂ ਜਿਹਦਾ ਮਰਜ਼ੀ ਨਾਂ ਲੈ ਲਓ ਮੈਂ ਲਿਆਉਂਦੇ ਆ ਆਪਣਾ ਪਿਆਰ ਸੀ ਸਾਰਿਆਂ ਨਾਲ ਬਣਿਆ ਅਤੇ ਜਵਾਬ ਵੀ ਬਾਈ ਕਿਸੇ ਨੇ ਨਹੀਂ ਦਿੱਤਾ ਅਗਲਿਆਂ ਨੇ ਅੰਦਰੋਂ ਕੜ ਕੜ ਜਿਹੜੇ ਮੇਨ ਕਬੂਤਰ ਉਹ ਦਿੱਤੇ ਤਾਂ ਬਰੀਡ ਬਣ ਗਈ ਕਈ ਵਾਰ ਕੋਈ ਮਤਲਬ ਹਰ ਇੱਕ ਬੰਦਾ ਨਹੀਂ ਉਵੇਂ ਹੁੰਦਾ ਜਿਵੇਂ ਵੀ ਐਂ ਸੋਚਦਾ ਵੀ ਯਾਰ ਇੰਨੀ ਦੂਰੋਂ ਆਇਆ ਉਹਨੂੰ ਚੰਗਾ ਦੇ ਦਈਏ ਜੇ ਮੈਂ ਨਾ ਇੰਨੇ ਲਿਆਉਂਦਾ ਹੁੰਦਾ ਲੋਕਾਂ ਤੋਂ ਹੋ ਸਕਦਾ ਮੇਰੇ ਕੋਲ ਹਜੇ ਬਰੀਡ ਨਾ ਬਣੀ ਹੁੰਦੀ ਕਿਉਂਕਿ ਮੈਨੂੰ ਪਹਿਲਾਂ ਨਸਲਾਂ ਬਣਾਉਣ ਦਾ ਸ਼ੌਂਕ ਸੀ ਵੀ ਯਾਰ ਸਾਡੇ ਰਿਸ਼ਤੇਦਾਰਾਂ ਦੀਆਂ ਆਹ ਨਸਲਾਂ ਮਸ਼ਹੂਰ ਹੋਈਆਂ ਵੀ ਆਪਾਂ ਵੀ ਉਹ ਇਕੱਠੇ ਕਰੀਏ ਇਹਨਾਂ ਦੀ ਇਹ ਸੀਗਾ ਵੀ ਇਹਨਾਂ ਕੋਲ ਪਹਿਲੇ ਸੱਟੀ ਕਬੂਤਰ ਚੰਗੇ ਆ ਗਏ ਉਹ ਗਰਮੀ ਨੂੰ ਬਾਹਲੇ ਚੰਗੇ ਉੱਡੇ ਇਹਨਾਂ ਨੂੰ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ ਪਈ ਮੇਰੇ ਕੋਲ ਆਏ ਮੇਰੇ ਉਸਤਾਦ ਜੀ ਤੋਂ ਕਬੂਤਰ ਪਹਿਲਾਂ ਇਹਨਾਂ ਤੋਂ ਵੀ ਲੈ ਕੇ ਗਿਆ ਮੈਂ ਇਕੱਠੇ ਹੀ ਹੁੰਦੇ ਸੀ ਹਾਂ ਜਗਨੰਦਨ ਵੜਿੰਗ ਜੀ ਪਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ 'ਚ ਉਹ ਕਰੇ ਆਪਣਾ ਤਾਂ ਇੰਨਾ ਪਿਆਰ ਸੀਗਾ ਉਹਨਾਂ ਨਾਲ ਮਤਲਬ ਜਦੋਂ ਉਹਨਾਂ ਕੋਲ ਜਾਣ ਲੱਗਿਆ ਮੈਨੂੰ ਲੱਗਦਾ ਵੀ ਉਹਨਾਂ ਨੇ ਕੋਈ ਐਸਾ ਕਬੂਤਰ ਨਹੀਂ ਵੱਡਾ ਜਿਹੜਾ ਮੈਨੂੰ ਨਾ ਦਿੱਤਾ ਹੋਵੇ ਬਹੁਤ ਘੈਂਟ ਬੰਦੇ ਅਤੇ ਬੜਾ ਉਹਨਾਂ ਨਾਲ ਬਾਈ ਜਿਹੜੇ ਸੋਹਣੇ ਪਲ ਮੈਂ ਯਾਦ ਕਰਦਾ ਸਾਡੇ ਹਜੇ ਵੀ ਮੈਂ ਉੱਥੇ ਬਾਈ ਜੀ 10-10 ਦਿਨ ਲਾ ਕੇ ਆਉਂਦਾ ਰਿਹਾ ਮੈਨੂੰ ਪਤਾ ਹਿਸਟਰੀ ਹੁਣ ਮੇਰੇ ਕੋਲ ਮਤਲਬ ਜੇ ਮੈਂ ਉੱਧਰ ਜਾਂਦਾ ਵੀ ਹਾਂ ਤਾਂ ਮੈਨੂੰ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਕਿਉਂਕਿ ਮੇਰੇ ਉਸਤਾਦ ਜੀ ਨਾਲ ਇੰਨਾ ਪਿਆਰ ਸੀ ਵੈਸੇ ਪਰਿਵਾਰ ਨਾਲ ਸਾਰੇ ਨਾਲ ਪਿਆਰ ਹੈ ਆਂਟੀ ਆ ਸਾਡੇ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਪਰ ਉਹ ਉਹਨਾਂ ਦੀ ਜਗ੍ਹਾ ਨਹੀਂ ਨਾ ਕੋਈ ਲੈ ਸਕਦਾ ਚੀਜ਼ ਬਸ ਉਹੀ ਗੱਲ ਹੋਈ ਪਰ ਮੈਂ ਗਏ ਸੀ ਹਾਂ ਅਤੇ ਮੈਂ ਲਿਆਉਂਦਾ ਰਿਹਾ ਕਬੂਤਰ ਹਰ ਇੱਕ ਬੰਦੇ ਤੋਂ ਲਿਆਂਦੇ ਲਿਆ ਕੇ ਕੋਈ ਕਿਤੋਂ ਬਲਾਡਾ ਜਾਣਾ ਕੋਈ ਕਿਤੋਂ ਰੋਬਨ ਬਾਈ ਆ ਸਾਧੂ ਵਾਲਿਓ ਉਹਨਾਂ ਨੇ ਬੜੇ ਕਬੂਤਰ ਦਿੱਤੇ ਆਪਾਂ ਨੂੰ ਬਾਈ ਨਿਸ਼ਾਨ ਹੋ ਰਹੇ ਆ ਸਾਰੇ ਜਿੰਨੇ ਠਾੜੀਏ ਆਪਣੇ ਉਹਨਾਂ ਨਾਲ ਵਧੀਆ ਪਿਆਰ ਹੈ ਕਬੂਤਰ ਐਂ ਵੀ ਕਈ ਬੰਦਿਆਂ ਕੋਲ ਬਣ ਜਿਵੇਂ ਨਵੀਂ ਪਨੀਰੀ ਆ ਹੁਣ ਵੀ ਅੱਜ ਕੱਲ੍ਹ ਅਗਲਾ ਕਹਿੰਦਾ ਯਾਰ ਇੱਕ ਥਾਂ ਤੋਂ ਲਿਆਂਦੇ ਹੁਣ ਮੇਰੇ ਕੋਲ ਕਬੂਤਰ ਬਣ ਗਏ ਨਹੀਂ ਬਣਦੇ ਬਾਈ ਕੋਈ ਟਾਈਮ ਭੁੱਖ ਜ਼ਰੂਰੀ ਆ ਬਾਈ ਭੁੱਖ ਅਤੇ ਤਮਾ ਤੁਹਾਨੂੰ ਜ਼ਰੂਰੀ ਆ ਜਿੰਨਾ ਚਿਰ ਤੁਸੀਂ ਐਂ ਭੁੱਖ ਭੁੱਖ ਨਹੀਂ ਕਰਦੇ ਤੁਸੀਂ ਬਰੀਡ ਨਹੀਂ ਬਣਾ ਸਕਦੇ ਵੀ ਯਾਰ ਮੇਰੇ ਕੋਲ ਆਹ ਬਰੀਡ ਹਾਂ ਬਿਲਕੁਲ ਵੀ ਆਹ ਯਾਰ ਕਬੂਤਰ ਦਾ ਹੋਵੇ ਕਲਦੀਪ ਬਾਈ ਮੈਂ ਕਿਸੇ ਦੇ ਖੁੱਡੇ ਜਾ ਵੜਾਂ ਨਾ ਕਿਸੇ ਦੇ ਘਰੇ ਜਾ ਵੜਾਂ ਬਈ ਮੈਂ ਬਹੁਤ ਘੱਟ ਜਾਂਦਾ ਜੇ ਕਿਸੇ ਨਾਲ ਜਾ ਵੜਾਂ ਮੈਂ ਖੁੱਡਾ ਨਹੀਂ ਵਹਿੰਦਾ ਅਗਲੇ ਦੇ ਜਾ ਕੇ ਮੇਰਾ ਇਹ ਹਿਸਾਬ ਹੈ ਮੈਨੂੰ ਹੈ ਨਹੀਂ ਮੈਨੂੰ ਕਿਸੇ ਤੋਂ ਕਬੂਤਰ ਮੰਗਣ ਦਾ ਜਮੀ ਨਹੀਂ ਅਗਲਾ ਮੈਨੂੰ ਕਈ ਵਾਰ ਕਹਿ ਦੇਣਾ ਆਂਟੀ ਕਬੂਤਰ ਲੈ ਜਾ ਮੈਂ ਯਾਰ ਬਾਈ ਜਿੱਦੇ ਲੋੜ ਹੀ ਉੱਦੀ ਮੰਗੂ ਇਹ ਜ਼ਰੂਰੀ ਹੈ ਨਹੀਂ ਬਾਈ ਕਲਦੀਪ ਪਤਾ ਕੀ ਹੈ ਹੁਣ ਮੈਨੂੰ ਇੱਕਦਮ ਨਹੀਂ ਸ਼ੌਂਕ ਹੈ
ਮੈਨੂੰ ਜਨੂਨ ਨਹੀਂ, ਮੈਂ ਜਿੰਨਾ ਸ਼ੌਂਕ ਆਪ ਦੇਣਾ, ਉਹ ਜਿਹੜੇ ਕਬੂਤਰ ਆਪਣੇ ਕੋਲ ਹੈਗੇ ਅੱਜ ਦੀ ਘੜੀ ਵਧੀਆ ਸ਼ੌਂਕ ਹੈ, ਉਹ ਆਪਾਂ ਨੂੰ ਪੂਰਾ ਕਰਾਈ ਜਾਂਦੇ ਅਤੇ ਵਧੀਆ ਨਾਮ ਬਣਾਤਾ ਭਰਾਵਾਂ ਨੇ, ਐਵੇਂ ਕਹਾਂ ਭਰਾਵਾਂ 'ਚ ਨਾ ਚਾਰ ਭਰਾਵਾਂ 'ਚ ਆਪਾਂ ਨੂੰ ਜਾਣਦੇ ਆ, ਵਧੀਆ ਬਣਾਤਾ। ਜੇ ਹੁਣ ਮੈਂ ਲਿਆ ਕੇ ਜਿਵੇਂ ਰਾਹੁਲ ਤੋਂ ਲਿਆ ਕੇ ਸਿੱਟ ਲਿਆ, ਉਹ ਸਿੱਟ ਲਿਆ ਕੇ ਨਾਲ ਤਾਂ ਕਬੂਤਰਾਂ ਦੀ ਬੇਦਵੀ ਘਟਾਉਣੀ, ਤਾਂ ਮੈਂ ਆਪਦੇ ਵਾਲੇ ਦੇ ਆ, ਮੈਨੂੰ ਹੈ ਨਹੀਂ ਜਨੂਨ ਜਾਵਾਂ, ਮੈਨੂੰ ਸ਼ੌਂਕ ਹੈ। ਜਿੰਨੇ ਕੁ ਪਾਣੀ ਹੁਣ ਵੀ ਮੇਰੇ ਕੋਲ ਸਾਲੇ 45-40 ਬੱਚੇ ਹੋਣਗੇ ਗਿਣਤੀ ਦੇ। ਸਹੀ ਆ। ਜਿਹੜਾ ਆਪਣਾ ਕਾਰ ਵਾਲਾ ਬਲੱਡ ਦੀ ਇਹ ਗੱਲ ਕਰਦੇ ਸੀ, ਅਲਟੋ ਵਾਲੀ, ਅਲਟੋ ਵਾਲੇ ਉਹ ਬਾਈ ਜੌਨੀ ਬਰਾੜ ਆ ਰੱਥੜੀਆਂ ਤੋਂ, ਮਲੋਟ ਦੇ ਨਾਲ ਜੌਨੀ ਬਰਾੜ, ਉਹਨਾਂ ਨੇ ਆਪਾਂ ਨੂੰ ਜੋੜਾ ਗਿਫਟ ਕੀਤਾ ਸੀ, ਉਹਦੀ ਬਲੱਡ ਲਾਈਨ ਆ ਗਾਂ ਸਾਰੀ ਜਿਹੜੀ ਬਣੀ ਆ, ਬਹੁਤ ਚੰਗੇ ਉੱਡੇ ਉਹ। ਸਹੀ ਆ। ਰਾਹੁਲ ਦੀਆਂ ਦੋ ਅੰਗ ਹੈ ਮੇਰੇ ਕੋਲ ਅਲਟੋ ਵਾਲੇ ਦੀਆਂ, ਇੱਕ ਤੇ ਦੋ ਬੱਚੇ, ਇੱਕ ਦਾ ਬੱਚੇ ਹੈ ਨੀਗਾ, ਉਹ ਇੱਕ ਤੇ ਜੁਲਾਈ ਬਾਲੇ ਚੰਗੇ ਕਬੂਤਰ ਨਾਲ, ਉਹਦੇ ਅੰਡਾ 'ਚ ਬੱਚੇ ਨਹੀਂ ਬਣੇ। ਉਹਦੇ ਏਰੀਏ 'ਚ ਵੀ ਮੈਂ ਫਰਿੱਜ ਜਿੱਤਿਆ ਸੀ ਉਸ ਬਰੀਡ ਨਾਲ, ਹਿੰਮਤਪੁਰੇ। ਹਾਂ, ਉਹ ਮੇਰਾ ਵਾਲਾ ਏਰੀਆ ਹੈਗਾ ਟੱਲਿਆਲ ਦੇ ਨਾਲ, ਬਹੁਤ ਚੰਗਾ ਉੱਡੇ ਸੀ ਆਪਣੇ, ਦੋਵੇਂ ਹੀ ਰਹਿ ਗਏ ਸੀ। ਹਾਂ, ਚਲੋ। ਅਤੇ ਬਾਈ ਜੇ ਆਪਾਂ ਜ਼ਿਕਰ ਕਰੀਏ ਇਸ ਗੱਲ ਦਾ ਵੀ ਕਬੂਤਰ ਡਾਉਣੇ ਕਿਵੇਂ ਚੰਗੇ ਚਾਹੀਦੇ ਆ, ਛਤਰੀ ਲਾ ਕੇ ਜਾਂ ਛਤਰੀ ਲਾ ਕੇ? ਕੁਲਦੀਪ ਬਾਈ, ਸਾਡੇ ਤਾਂ ਛਤਰੀਆਂ ਲੱਗੀਆਂ ਹੁੰਦੀਆਂ ਅਤੇ ਕਬੂਤਰ ਵੀ ਬੰਨਾ ਹੀ ਹੁੰਦਾ। ਕਾਰਨ ਬਾਈ ਯਾਰ, ਕਬੂਤਰ ਆਪਣੇ ਵੀ ਭੈੜੇ ਆ, ਸਾਨੂੰ ਐਂ ਹੁੰਦਾ ਜੇ ਮੁੜ ਕੇ ਤਾਂ ਬੈਠਣੇ ਨਹੀਂ ਗੇ ਬਾਈ ਯਾਰ, ਗੱਪ ਮੰਨੇਗਾ ਘਰੇ ਬਾਈਆਂ ਦੇ ਬਰੂਬਰ ਘਰੇ ਉੱਡ ਜਾਂਦੇ ਆ। ਆ ਹੁਣ ਥੋੜ੍ਹੇ ਪੋਲੇ ਕਰ ਲਏ ਕਬੂਤਰ, ਪਿਛਲੇ ਸਾਲ ਦੋ ਸਾਲ ਮੱਥਾ ਮਾਰਿਆ। ਸਾਡੇ ਐਤਕੀ ਦੀ ਗੱਲ ਸੁਣਾਉਣਾ ਬਾਈ, ਕੁੱਕੇ ਵਾਲੀ ਬਾਜੀ ਦੇ ਗੇੜੇ ਸੀਗੇ ਘਰੇ, ਲੱਖੂਆਂ ਨੇ ਬਾਜੀ ਨੇ ਵੜੇ 6:30 ਵਜੇ, ਮੇਰੀਆਂ 6:30 ਘਰੇ ਬੈਠੇ ਦੋ ਕਬੂਤਰ ਨੇ ਬੱਲੇ, ਕਬੂਤਰ ਡਾ ਵੀ ਇੰਨੇ ਆ ਬਾਈ। ਮੈਂ ਤਾਂ ਐਂ ਹੁੰਦਾ ਜਦੋਂ ਨੈੱਟ ਨੁੱਟ 'ਚ ਕੱਢ ਕੇ ਕਬੂਤਰ ਭਾਲ ਗਏ ਉੱਡੀ ਵਾਲੇ ਜਾਂਦੇ ਆ, ਅਤੇ ਜਦੋਂ ਖੁੱਡੇ 'ਚ ਕਰ ਲਿਆ ਗਾਣਾ ਬਾਈ, ਉੱਡ ਕੇ ਕਬੂਤਰੀ ਦੂਜੀ ਹਦਰੀ 'ਤੇ ਜਾ ਉੜੀ, ਖੁੱਡੇ 'ਚ ਨਹੀਂ ਵੜੀ ਮੇਰੇ ਤੋਂ। ਜਿਹੜਾ ਬਾਲਾ ਹੀ ਜ਼ੋਰ ਲਾ ਕੇ ਆ ਜਾਂਦਾ, ਫਿਰ ਉਹਨੂੰ ਕਿਵੇਂ ਕਵਰ ਕਰਦੇ? ਉਹ ਤਾਂ ਬਾਈ ਯਾਰ ਮੇਰਾ ਐਵੇਂ ਕਹਾਂ ਸਮਾਨ ਬਣਾਉਣਾ ਆਪਦਾ, ਠੀਕ ਹੈ, ਕਰੀਮ ਜੀ ਬਣਾਉਣਾ ਹੁੰਦਾ, ਉਹਦਾ ਦਸੀਜਾ ਪੈਣਗੇ, ਉਹ ਦੱਸਣ ਵਾਲੀ ਚੀਜ਼ ਵੀ ਨਹੀਂ, ਗੇੜਿਆਂ 'ਤੇ ਵੀ ਲੱਗਦੀ ਆ ਕਬੂਤਰਾਂ ਦੇ, ਉਹ ਉਹਦੇ ਨਾਲ ਰਿਕਵਰ ਕਰਦਾ ਮੈਂ ਤਾਂ ਬਾਈ। ਉਹਦਾ ਜੇ ਮੜਿਆ ਪਿਆ ਕਬੂਤਰ ਵੀ ਠਾ ਕੇ ਬਾਹ ਆਉਂਦੀ ਹੈ, ਓਕੇ, ਉਹਦੇ ਗੇੜਿਆਂ 'ਤੇ ਵੀ ਲਾਉਣਾ ਮੈਂ ਉਹ, ਜਦੋਂ ਗੇੜਿਆਂ 'ਤੇ ਲੱਗ ਗਈ ਕਬੂਤਰ ਬਾਈ ਇੰਨਾ ਕੁ ਜ਼ਿਆਦਾ ਰਿਕਵਰ ਹੋ ਜਾਂਦਾ, ਅਗਲੇ ਦਿਨ ਤੜਕੇ ਨੂੰ ਖਾਲੀ ਬੈਠਾ ਹੁੰਦਾ, ਬਦਾਮ ਗੇੜਾ ਲੱਗਦੀ ਹੈ ਬਾਈ। ਉਹਦਾ ਮੈਂ ਦੇਸੀ ਚੀਜ਼ਾਂ 3-4 ਚੀਜ਼ਾਂ ਦੇਸੀ ਪੈਂਦੀਆਂ, ਉਹ ਉਹੀ ਬਣਾਉਣਾ, ਹਰ ਸਾਲ ਹੀ ਬਣਾਉਣਾ। ਗੇੜਿਆਂ ਤੋਂ ਆਏ ਤਾਂ ਲਾਉਣੇ ਫਿਰ? ਗੇੜਿਆਂ ਦੇ ਆਏ ਤੋਂ ਬਾਈ, ਜੇ ਕਬੂਤਰ ਜ਼ਿਆਦਾ ਸਾਲਾ, ਪਹਿਲੀ ਗੱਲ ਮੈਂ ਜੋ ਕਬੂਤਰ ਲਾਉਣੀ ਨਹੀਂ ਹੁੰਦਾ ਬਾਈ, ਕਿਉਂਕਿ ਮੈਂ ਛਤਰੀ ਉਹ ਚੱਕ ਲੈਂਦਾ। ਪਹਿਲੀ ਗੱਲ ਤਾਂ ਵਧੀਆ ਗੱਲ ਲਾਉਣੀ ਨਾ ਦਿਓ, ਲਾਉਣੀ ਨਾ ਦਿਓ। ਜੇ ਲਾ ਵੀ ਜਾਵੇ ਤਾਂ ਬਾਈ ਉਹ ਦੇ ਦਿੰਦਾ ਮੈਨੂੰ ਘੰਟੇ 'ਚ ਕਬੂਤਰ ਕਵਰ, ਘੰਟੇ 'ਚ ਬਾਈ ਕਬੂਤਰ ਪਾਣੀ ਪੂਣੀ ਖਿੱਚ ਕੇ ਪੈਰਾਂ 'ਤੇ ਖੜਾ ਹੁੰਦਾ। ਚਲੋ, ਖੁਰਾਕ ਦਾ ਕੀ ਰੱਖਦੇ ਬਾਈ, ਕੀ ਕੀ ਖੁਰਾਕ ਪਾਉਣਾ ਸਰਦੀ ਅਤੇ ਗਰਮੀ ਦੀ ਦੋਨੇ ਦੱਸੋ ਬਾਈ। ਯਾਰ ਹੁਣ ਸਿਆਲ ਜਿਵੇਂ ਚੱਲੀ ਜਾਂਦਾ, ਹੁਣ ਤਾਂ ਬਾਈ ਮੱਖਣੀ ਆ ਕੀ ਕਹਿੰਦੇ, ਮੱਕੀ, ਛੋਲੇ, ਸੋਇਆਬੀਨ, ਚੌਲ, ਸਰੋਂ, ਕਣਕ। ਸਰੋਂ ਬਾਈ ਜਿੰਨੀ ਸਿਆਲਾਂ 'ਚ ਘੱਟ ਪਾਉਂਗੇ ਉਨਾ ਹੀ ਫਾਇਦੇ 'ਚ ਹੈ। ਚੌਲ ਚੰਗੇ ਨੇ? ਚੌਲ ਬਾਈ ਯਾਰ, ਚੌਲ 'ਚ ਨਾ ਫੰਗ ਕਬੂਤਰੇ ਮਜ਼ਬੂਤ ਬਹੁਤ ਹੋਣੇ ਚੌਲਾਂ ਨਾਲ। ਪਹਿਲਾਂ ਮੈਂ ਵੀ ਨਹੀਂ ਗੱਲ ਮੰਨਦਾ ਸੀ, ਇੱਕ ਸਾਲ ਪਾਏ ਨਹੀਂ ਸੀ ਮੈਂ, ਫਿਰ ਮੈਂ ਪਾ ਕੇ ਦੇਖੇ ਫੰਗਾਂ 'ਚ ਬਹੁਤ ਫਰਕ ਪੈਂਦਾ ਬਾਈ, ਕਬੂਤਰ ਮਜ਼ਬੂਤ ਆਉਂਦੇ ਚੌਲਾਂ ਦਾ ਫੰਗ। ਓਕੇ, ਮੈਂ ਚੌਲ ਪਾਉਣਾ, ਪਰ ਪਾਉਣਾ ਕਣਕ ਬਾਈ ਯਾਰ 40-45% ਖੁਰਾਕ 'ਚ ਕਣਕ ਜ਼ਰੂਰੀ ਹੈ, ਉੱਤੇ ਕੁਛ ਮਰਜ਼ੀ ਪਾਈ ਜਾਓ, 40-45% ਕਣਕ ਜ਼ਰੂਰੀ ਹੈ ਖੁਰਾਕ 'ਚ, ਕੁਇੰਟਲ ਮਗਰ 40-45 ਕਿਲੋ ਕਣਕ ਪਾਓ। ਬਾਕੀ ਹੁਣ ਜੇ ਆਪਾਂ ਪਾ ਦੇਈਏ ਬਾਈ, ਹੁਣ ਅਲਸੀ ਪਾਈ ਜਾਂਦੇ ਲੋਕ, ਮਗਜ਼ ਵੀ ਸਿੱਟੀ ਜਾਂਦੇ ਆ, ਉਹ ਬਾਈ ਖਰਾਬ ਵੀ ਕਰ ਦਿੰਦੇ ਕਿਸੇ ਹੱਦ ਤੱਕ। ਉਹ ਤਾਂ ਚਲੋ ਜੇ ਹੁਣ ਹੱਦ ਤੋਂ ਵੱਧ ਪਾਵਾਂਗੇ ਤਾਂ ਫਿਰ ਖਰਾਬ। ਹੁਣ ਮੈਂ ਤਾਂ ਬਾਈ ਸਿੰਪਲ ਜੀ ਖੁਰਾਕ ਹੈ, ਹਾਂ ਥੋੜ੍ਹਾ ਬਹੁਤ ਕੋਈ ਹੋਰ ਮਾੜਾ ਮੋਟਾ ਖਾਣ ਨੂੰ ਕੁਛ ਪਾ ਦਿੰਦਾ, ਕਦੇ ਕੋਈ ਮਗਜ਼ ਵੀ ਸਿੱਟ ਦਿੰਦਾ ਕਦੇ, ਪਰ ਉਹ ਮੈਂ ਬਾਹਲਾ ਨਹੀਂ ਪਾਉਂਦਾ, ਕਿਉਂਕਿ ਕੂ ਤਾਂ ਡਾਵੇ ਵਾਲੇ ਆ, ਫਿਰ ਭੱਜ ਜਾਣਗੇ, ਮੈਨੂੰ ਐਡਰ ਗਰਮੀਆਂ 'ਚ ਭੱਜ ਜਾਣਗੇ। ਮੱਖਣੀ ਮੂੰਹ 'ਚੋਂ ਨਿਕਲੀ ਸੀ, ਲਾਈ ਆ ਮੱਖਣੀ ਬਾਈ ਯਾਰ? ਐਤਕੀ ਮੈਂ ਨਾ ਸੱਚੀ ਗੱਲ ਦੱਸਾਂ, ਪਹਿਲਾਂ ਨਹੀਂ ਮੈਂ ਕਦੇ ਦਿੱਤੀ, ਐਵੇਂ ਸੱਚ ਕਦੇ ਨਹੀਂ ਦਿੱਤੀ ਕਬੂਤਰ ਨੂੰ ਐਤਕੀ। ਐਤਕੀ ਨਾ ਬਾਈ ਵੀਡੀਓ ਦੇਖ ਲਈ, ਹੈਲੋ ਬਾਈ ਆਪਣਾ ਜੋਨੀ ਬਾਈ ਦਾ ਗਰੁੱਪ ਹੈ ਜਿਹੜਾ, ਉਹ 'ਚ ਦੋ ਬੰਦੇ ਤਿੰਨ ਬੰਦੇ ਦੇਖ ਲਏ ਐਤਕੀ, ਨੈਬਣੇ ਪਾਤੀ ਵੀਡੀਓ ਮੈਨੂੰ ਉਹਦੇ ਪਾ, ਮੈਂ ਐਤਕੀ 5 ਕਿਦਾਂ ਦਿੱਤੀ ਸਾਲਾ, ਬਾਅਦ 'ਚ ਮੈਨੂੰ ਮੇਰਾ ਭਰਾ ਆਉਂਦਾ, ਕਹਿੰਦਾ ਕਿਉਂ ਦੂਜੇ ਪਿੰਡਾਂ 'ਚ ਗੇੜੇ ਲਾਉਣੇ ਆ, ਕਹਿੰਦਾ ਦੂਜੇ ਪਿੰਡਾਂ 'ਚ ਗੇੜੇ ਲਾਉਣੇ ਆ, ਮੈਂ ਕਿਉਂ, ਕਹਿੰਦਾ ਇਹ ਬਾਏਗਾ ਕਿਵੇਂ, ਮਹਾਂ ਬਾਈ ਹੱਥ ਬੰਨੇ ਆਪਾਂ ਪਾਉਣੀ ਬੰਦ ਹੀ ਕਰ ਦਿਓ, 5 ਕਿਦਾਂ ਜ਼ਰੂਰ ਦਿੱਤੀ ਆ ਮੈਂ। ਫਰਕ ਲੱਗਿਆ ਕੁਛ 5 ਦਿਨਾਂ 'ਚ ਬਾਈ ਯਾਰ? ਕਬੂਤਰ ਥੱਲੋਂ ਘਲੋਟਰਿਆਂ ਵਰਗੇ ਹੋ ਗਏ, ਪਰ ਬਾਈ ਹੁਣ ਕਬੂਤਰ ਮੇਰੇ ਕੋਲ ਡਾਵੇ ਵਾਲੇ, ਡਾਵੇ ਇੰਨੇ ਕਾ ਹੱਦੋਂ ਵਾਲੇ ਡਾਵੇ ਆ ਬਾਈ,
ਹੁਣ ਜਿਹੜੇ ਉਹਨਾਂ ਕੋਲ ਕਬੂਤਰ ਆ ਬਈ ਉਹ ਮੱਠੇ ਆ, ਉਹ ਡਾਵੇ ਜ਼ਰੂਰ ਪਰ ਜਾਂਦੇ ਨਹੀਂ, ਆਪਣੇ ਨਾਲ ਤਾਂ ਡਾਵੇ ਵਾਲੇ ਤੁਰ ਵੀ ਜਾਂਦੇ ਆ ਬਈ, ਮੱਠਿਆਂ ਨੂੰ ਲਾ ਲਈਏ ਮੰਨ ਲਓ, ਮੱਠਿਆਂ ਨੂੰ ਲਾ ਸਾ ਮੱਖਣੀ ਦੇ ਸਕਦੇ ਆ, ਪਰ ਬਈ ਐਂ ਨਾ ਮੱਖਣੀ ਦੇਣ ਦਾ ਵੀ ਤਰੀਕਾ, ਇੱਕ ਤਾਂ ਕਬੂਤਰ ਲਵੇੜ ਲਵੂੜ ਦਿੰਦੇ ਆ, ਇਹ ਵੀ ਤਰੀਕੇ ਨਾਲ ਦਿੱਤੀ ਜਾਂਦੀ ਆ, ਦੱਸ ਦਿਓ ਕੀ ਤਰੀਕਾ ਐਡਾ ਉਹਦਾ, ਬਈ ਕੁਝ ਨਹੀਂ ਸਿੰਪਲ ਹੀ ਉਹ ਤਾਂ ਸਿੰਪਲ ਹੀ ਚੀਜ਼ ਆ ਬਈ, ਆਪਣੀਆਂ ਬੱਤੀਆਂ ਬਣਾ ਕੇ ਜਿਵੇਂ ਆਪਾਂ ਕਿੰਨੇ ਬਈ ਅਸਲ ਮੈਂ ਨਾ ਮੈਂ ਤੁਹਾਨੂੰ ਕਹੋ ਦਾ ਲੋਕ ਐਡੀਆਂ ਐਡੀਆਂ ਬੱਤੀਆਂ ਬਣਾ ਲੈਂਦੇ ਆ, ਇਹ ਜਮਾ ਕੌਡੀ ਹੁੰਦੀ ਹੈ, ਇਹ ਕੌਡੀ ਕਿੰਨੀ ਦਿੱਤੀ ਜਾਂਦੀ ਹੈ ਕਬੂਤਰ, ਬਦਾਮ ਜੁੱਡੀ ਲਾ ਲਓ, ਹਾਂ ਬਦਾਮ ਵੀ ਜ਼ਿਆਦਾ ਹੋ ਜਾਂਦਾ, ਕੌਡੀ ਕਿੰਨੀ ਦਿੱਤੀ ਜਾਂਦੀ ਹੁੰਦੀ ਹੈ, ਇਹ ਰੋਜ਼ ਦੀ ਬਸ ਬਣਾ ਬਣਾ ਬੱਤੀਆਂ ਪਾਣੀ ਸਿੱਟਦੀਆਂ। ਕੱਲੀ ਬਾਈ ਨਾ ਆਪਣਾ ਮੇਰਾ ਭਤੀਜਾ ਇੱਥੋਂ, ਅਤੇ ਉਹਨਾਂ ਮੈਨੂੰ ਫੋਨ ਇੱਕ ਦਿਨ ਫੋਨ ਕਰਕੇ ਕਹਿੰਦਾ ਕਹਿੰਦਾ ਯਾਰ ਚਾਚਾ ਕਬੂਤਰਾਂ ਦੇ ਸਾਸ ਹੁਣ 5-7 ਦਿਨਾਂ ਦੀ ਗੱਲ ਹੀ ਹੈ, ਕਹਿੰਦਾ ਕੁੰਡਿਆਂ 'ਚ ਨਹਾਈ ਜਾਂਦੇ ਆ ਦੁਪਹਿਰੇ, ਕਹਿੰਦਾ ਖੁਰਾਕ 'ਚ ਕਹਿੰਦਾ ਮੈਂ ਹੋਰ ਕੀ ਕੁਛ ਪਾਵਾਂ ਇਹਨਾਂ ਨੂੰ, ਮੈਂ ਪਹਿਲਾਂ ਕੀ ਪਾਈ ਜਾਂਦਾ, ਕਹਿੰਦਾ ਚਾਚਾ ਬਾਜਰੀ, ਕਹਿੰਦਾ ਮਗਜ, ਆਲਸੀ, ਕਾਲੇ ਤੇਲ, ਮੈਂ ਹੋਰ ਕੀ ਰਹਿ ਗਿਆ, ਮੈਂ ਮਾੜਾ ਮੋਟਾ ਘਿਓਗੂ ਵੀ ਪਾ ਦਿਆ ਕਰ ਰਲ ਕੇ ਇਹਨਾਂ ਨੂੰ, ਕਹਿੰਦਾ ਕਿਉਂ, ਮੈਂ ਪਹਿਲੇ ਸਾਲ ਕਿੰਨੇ ਸੀਗੇ, ਕਹਿੰਦਾ ਚਾਚਾ 7 ਸੀਗੇ, ਮੈਂ ਘਰੋਂ ਕਿੰਨੇ ਗਏ, ਕਹਿੰਦਾ 6, ਮੈਂ ਫਤਵਾਂ, ਕਹਿੰਦਾ ਉਹ ਬਾਜੀ 'ਚੋਂ ਭੱਜ ਗਿਆ, ਮੈਂ ਹਜੇ ਆਹ ਕੁਛ ਪਾਈ ਜਾਏਗਾ ਤਾਂ ਮਿੱਤਰਾ ਇਸ ਸਾਲ ਵੀ ਆਹੀ ਹਾਲ ਹੋਊਗਾ ਤੇਰਾ, ਅਸੀਂ ਭੱਜਣਗੇ, ਜਦੋਂ ਆਪਾਂ ਅੰਨੀ ਖੁਰਾਕ ਸਿੱਟਦੇ ਨਾ ਬਾਈ ਉਹ ਵੀ ਮਾੜੀ ਹੈ, ਮਾੜੀ ਆ ਬਿਲਕੁਲ ਮਾੜੀ, ਉਹ ਕੰਮ ਉਹਨਾਂ ਕਾਮਲਿਆਂ ਵਾਂਗੂ ਪਾਈ ਗਏ, ਇਹ ਜਾਨਵਰ ਵੇਖਣਾ ਬਾਈ ਬਾਹਲਾ ਛੋਟਾ ਹੈ, ਆਪਣੇ ਲਾ ਲਓ, ਜੇ ਆਪਾਂ ਖੁਰਾਕ ਵੱਧ ਪਾਵਾਂਗੇ ਆਪਣਾ ਪੜਾਕਾ ਹੀ ਪਊਗਾ, ਬਿਲਕੁਲ ਉਹ ਹਿਸਾਬ ਆ ਬਈ ਜਾਨਵਰ ਦਾ। ਅਤੇ ਗਰਮੀ 'ਚ ਕੀ ਰੱਖਦੇ ਹੋ? ਕਣਕ ਅਤੇ ਬਦਾਮ ਬਾਈ, ਬਾਹਲਾ ਨਹੀਂ ਕੁਛ। ਬਦਾਮ ਕਦੋਂ ਜੇ ਸ਼ੁਰੂ ਕਰਦੇ ਹੋ? ਬਾਈ ਦੇ ਕੁਦ ਟਾਂਗੇ ਚੜ੍ਹ ਗਿਆ ਸਿੱਧਾ ਆ ਕੇ, ਮਾਂ ਦੀ ਕੋਠੇ 'ਤੇ ਬੈਠੇ, ਜਿੱਦੇ ਸਿੱਧਾ ਟਾਂਗੇ ਉੱਡ ਕੇ ਸਿੱਧਾ ਟਾਂਗੇ ਚੜ੍ਹ ਗਿਆ, ਬਹੁਤ ਦੇ ਬਾਈ ਕਬੂਤਰ ਯਾਰ 150 ਬਦਾਮ 200 ਬਦਾਮ 'ਤੇ ਬਾਈ ਛੁੱਟ ਜਾਂਦਾ, ਗ੍ਰਾਮ 'ਤੇ 150-200 ਗ੍ਰਾਮ 'ਤੇ ਬਾਈ ਛੁੱਟ ਜਾਂਦਾ। ਓਕੇ, ਕਿਹੜੇ ਵੈਸੇ ਤੁਸੀਂ? ਬਾਈ ਯਾਰ ਪਹਿਲੇ ਪਿਛਲਾ ਜਗਰਾਉਂ ਤੋਂ ਲੈ ਕੇ ਆਇਆ, ਪਹਿਲਾਂ ਦਾਬਲ ਨੂੰ ਲੈ ਲੈਂਦੇ ਸੀਗੇ, ਪਿਛਲਾ ਦਾਬਲ ਹੀ ਨਾ ਬਾਈ ਵਿੱਚ ਕੌੜੇ ਆ ਗਏ ਬਦਾਮ, ਅਤੇ ਇੱਕ ਕਬੂਤਰ ਨਾ ਪਤਾ ਨਹੀਂ ਕੀ ਗੱਲ ਸੀ ਕਬੂਤਰ ਪਹੁੰਚਾਉਂਦੇ ਨਹੀਂ ਸੀ ਦਾਬਲ ਵਾਲੇ ਬਦਾਮ, ਫਿਰ ਖਾ ਕੇ ਦੇਖ ਲਏ ਕੀ ਉਹਦਾ ਉਹਦਾ ਬਾਈ ਯਾਰ ਹੁਣ ਤੈਨੂੰ ਮੈਂ ਬਦਾਮਾਂ ਦੱਸ ਦਿੰਦਾ ਆਪਣੇ ਬਦਾਮ, ਹੁਣ ਆਪਾਂ ਜਦੋਂ ਆਪਾਂ ਲੈਂਦੇ ਹਾਂ ਨਾ ਬਾਈ, ਇੱਕ ਤਾਂ ਆਪਾਂ ਜਾੜ ਥੱਲੇ ਪਾ ਲਿਆ ਪੜਾਕਾ ਪਾਤਾ, ਉਹ ਕਬੂਤਰ ਤਾਂ ਔਖਾ ਬਚੂਗਾ, ਇੱਕ ਜਿਹੜਾ ਪੋਲਾ ਦੱਬਿਆ ਜਾਵੇ ਨਾ ਜਾੜ ਥੱਲੇ ਉਹ ਕਬੂਤਰ ਸੌਖਾ ਪਾ ਜਾਂਦਾ ਬਦਾਮ। ਕਾਰਨ ਕੀ ਇਹਦਾ, ਮਤਲਬ ਜੇ ਤੇਲ ਜ਼ਿਆਦਾ ਹੁੰਦਾ? ਬਾਈ ਯਾਰ ਤੇਲ ਵੀ ਜ਼ਿਆਦਾ ਹੁੰਦਾ, ਇੱਕ ਨਰਮ ਹੁੰਦਾ ਵਿੱਚ, ਉਹ ਸਹੀ ਭੇਜਦਾ ਕਿਉਂਕਿ ਤੇਲ ਦੇ ਕਰਕੇ ਨਰਮ ਹੋਊ। ਹਾਂ ਤੇਲ ਦੇ ਵਿੱਚ ਨਰਮ ਸਹੀ ਹੋਊਗਾ ਬਾਈ, ਜਿਹੜਾ ਸੁੱਕਾ ਬਦਾਮ ਜਿਹੜਾ ਪੜਾਕਾ ਪਾਉਣਾ ਨਾ ਉਹ ਹਾਰਡ ਹੁੰਦਾ, ਤੇਲ ਘੱਟ ਹੁੰਦਾ ਹਾਰਡ ਹੁੰਦਾ ਕਬੂਤਰ ਦੇ, ਔਖਾ ਪਾਉਣਾ ਹੁੰਦਾ, ਪੁਰਾਣਾ ਹੁੰਦਾ, ਨਵਾਂ ਬਦਾਮ ਜ਼ਿਆਦਾ ਟਾਈਮ ਪਿਆ ਰਹੇ ਨਾ ਉਹ ਤੇਲ ਘੱਟ ਜਾਂਦਾ ਉਹਦਾ ਤੇ ਉਹ ਖੁਸ਼ਕ ਹੋ ਜਾਂਦਾ, ਲਾ ਲਓ ਖੁਸ਼ਕ ਹੋ ਜਾਂਦੇ, ਪੁਰਾਣਾ ਲਾ ਲਓ, ਘਨੋਲਣ ਵਾਲਾ ਤਾਂ ਗੱਲਾਂ ਹੀ ਆ ਜਿਹੜਾ ਕਹਿੰਦਾ ਤੇਲ ਨਿਕਲ ਜਾਂਦਾ ਨਹੀਂ ਨਿਕਲ ਸਕਦਾ ਬਾਈ, ਜੇ ਬਦਾਮਾਂ 'ਚੋਂ ਤੇਲ ਨਿਕਲੂ ਤਾਂ ਉਹਨਾਂ ਦੀ ਖਲ ਬਣੂ, ਐਂ ਕੋਈ ਵੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਪਏ ਬਦਾਮਾਂ 'ਚੋਂ ਤੇਲ ਕੱਢ ਦੂ, ਉਹ ਤਾਂ ਵਹਿਮ ਹੈ, ਨਵੇਂ ਪੁਰਾਣਿਆਂ ਦਾ ਹੁੰਦਾ ਵੀ ਪਏ ਪਏ ਦਾ ਤੇਲ ਸੁੱਕ ਗਿਆ ਜਾਂ ਕੋਈ ਹੋਰ ਬੋਰੀਆਂ ਬਾਰੀਆਂ 'ਚ ਪਾਉਂਦੇ ਆ ਕੁਛ ਉਹਨਾਂ ਨਾਲ ਲੱਗ ਗਿਆ ਦਾਬ ਥੱਲੇ ਆ ਗਏ, ਇਹ ਗੱਲਾਂ ਤਾਂ ਹੁੰਦੀਆਂ, ਪਰ ਆਹ ਤਾਂ ਵਹਿਮ ਹੈ ਬਾਈ, ਇਹ ਤਾਂ ਪੁਰਾਣੇ ਬਦਾਮ 'ਚ ਤੇਲ ਘੱਟ ਨਿਕਲਦਾ ਨਵੇਂ ਜ਼ਿਆਦਾ ਨਿਕਲਦਾ, ਇਹ ਜ਼ਿਆਦਾ ਨਿਕਲਦਾ ਕਹਿ ਸਕਦੇ ਕਿਉਂਕਿ ਇਹ 'ਚ ਕਿਹੜਾ ਕੋਈ ਟੀਕੇ ਨਾ ਕੱਢ ਲੂ, ਨਹੀਂ ਕੱਢ ਸਕਦਾ ਬਾਈ, ਬਦਾਮ ਦੀ ਪਰਖ ਇਹੀ ਆ ਬਾਈ, ਜਿਹੜਾ ਜਾੜ ਥੱਲੇ ਚੰਗਾ ਦੱਬਿਆ ਜਾਵੇ ਪੋਲਾ ਦੱਬਿਆ ਜਾਵੇ ਉਹ ਕਬੂਤਰ ਦੇ ਵੱਧ ਬਚੂਗਾ, ਤੇ ਜਿਹੜਾ ਪੜਾਕਾ ਪੈ ਜੇ ਕਬੂਤਰ ਦੇ ਔਖਾ ਪਾ, ਬਸ ਚੱਬ ਕੇ ਵੇਖ ਲਓ ਜੀ ਮੂੰਹ 'ਚ ਮਿਠਿਆਸ ਆਵੇ, ਜਿਹੜਾ ਮਿੱਠਾ ਹੋਊਗਾ ਬਦਾਮ ਉਹ ਚੰਗਾ ਹੀ ਹੋਊਗਾ, ਚੰਗਾ ਹੀ ਹੋਊਗਾ, ਇਹ ਵੀ ਕਿਉਂਕਿ ਕਾਰਨ ਬਣ ਜਾਂਦੇ ਨਾ ਹਾਰਨ ਦੇ, ਹੁਣ ਜਿਹੜਾ ਤੁਸੀਂ ਕੌੜੇ ਵਾਲੀ ਗੱਲ ਕਰਦੇ ਹੋ ਕਬੂਤਰ ਨੇ ਗਲੱਛਾ ਹੀ ਹੋਊ, ਗਲੱਛਾ ਹੋਊ ਬਾਈ, ਉਹ ਅਸਲ ਮੈਂ ਉੱਥੇ ਵੀ ਪਤਾ ਕਬੂਤਰ ਪਚਦੇ ਨਹੀਂ ਸੀ ਬਾਈ ਕਬੂਤਰਾਂ ਦੇ, ਮੈਨੂੰ ਪਤਾ 5-7 ਦਿਨਾਂ 'ਚ ਹੀ ਲੱਗ ਗਿਆ ਸੀਗਾ, ਫਿਰ ਮੈਂ ਜਗਰਾਉਂ ਜਾ ਕੇ ਲਿਆ ਆਇਆ ਸੀਗਾ ਉੱਥੇ ਜਾ ਕੇ ਲਿਆਉਂਦਾ। ਹਾਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਵੀਰੇ ਬਿਮਾਰੀਆਂ ਦੀਆਂ, ਠੀਕ ਆ, ਬਿਮਾਰੀਆਂ ਦਾ ਜ਼ਰੂਰ ਦੱਸੋ, ਪਹਿਲਾਂ ਤਾਂ ਤੁਹਾਡੇ ਕਿ ਖੁੱਡੇ 'ਚ ਕੋਈ ਬਿਮਾਰੀ ਦਾ ਕੋਈ ਹੋਇਆ ਆਪਣਾ ਸਾਹਮਣੇ? ਬਾਈ ਯਾਰ ਐਤਕੀ ਬਹੁਤ ਆਈ ਮੇਰੇ ਧੌਣ ਵਾਲੀ ਆ ਗਈ ਸੀ, 1 ਵਜੇ ਤਾਂ ਬਾਈ ਪਤਾ ਨਹੀਂ ਲੱਗਿਆ ਬਿਮਾਰੀ ਕੀ ਆਈ, ਸਮਝ ਤੋਂ ਬਾਹਰ ਹੋ ਗਈ, ਬੱਚੇ ਮਰ ਗਏ ਸਾਰੇ, 2 ਖੁੱਡੇ ਰੱਬ ਜਾਣੇ ਕੁਛ ਲੜ ਗਿਆ ਕੁਛ ਖਾ ਗਏ, ਰੱਬ ਆਪਾਂ ਨੂੰ ਨਹੀਂ ਪਤਾ ਲੱਗਿਆ। ਧੌਣ ਵਾਲੀ ਵੀ ਆਈ ਆ ਬਾਈ ਕੁਲਦੀਪ, ਧੌਣ ਵਾਲੀ ਵੀ 2 ਤਰ੍ਹਾਂ ਦੀ ਆ ਬਾਈ ਯਾਰ ਕੁਲਦੀਪ, ਇੱਕ ਤਾਂ ਹੁੰਦਾ ਆਪਣੇ ਜਿਹੜਾ ਵਾਇਰਸ ਹੁੰਦਾ ਘੁੰਮਣ ਵਾਲਾ, ਇੱਕ ਬਾਈ ਕਬੂਤਰ ਨੂੰ ਬੁਖਾਰ ਹੁੰਦਾ,
ਜੇ ਕਬੂਤਰਾਂ ਦਾ ਇੱਕ ਹੁਣ ਜਿਵੇਂ ਭਾਉਣ ਵਾਲੇ ਦੇ ਕਬੂਤਰ ਆ ਗਿਆ ਕਿਸੇ ਪਾਸੋਂ ਖੁੱਡੇ 'ਚ ਵਾਇਰਸ ਵਾਲਾ, ਉਹਨੇ ਖੁੱਡੇ ਜਾ ਕੇ ਕੁੰਡੇ 'ਚ ਪਾਣੀ ਪੀ ਲਿਆ, ਦੂਜੇ ਕਬੂਤਰ ਵੀ ਉਸੇ 'ਚ, ਹੁਣ ਆਪਾਂ ਵੀ ਪਾਣੀ ਪੀਂਦੇ ਗਲਾਸ 'ਚ, ਘੁੱਟ ਆਪਣੀ ਪੁੱਠੀ ਜਾਂਦੀ ਹੈ, ਕਬੂਤਰ ਦਾ ਉਹੀ ਹਿਸਾਬ ਹੈ। ਵਾਇਰਸ ਵਾਲਾ ਜਿਹਦੇ ਖੁੱਡੇ 'ਚ ਵਾਇਰਸ ਆਪਾਂ ਕਬੂਤਰ ਲਿਆ ਕੇ ਛੱਡਤਾ, ਇਕੱਲੇ ਦਾਣੇ ਤੋਂ ਵਾਇਰਸ ਨਹੀਂ ਫੈਲਰਦਾ ਹੁੰਦਾ, ਇਹ ਪਾਣੀ ਤੋਂ ਵੀ ਜਾਂਦਾ, ਵੱਧ ਪਾਣੀ ਤੋਂ ਫੈਲਰਦਾ। ਓਕੇ, ਜਦੋਂ ਕਬੂਤਰ ਨੇ ਪਾਣੀ ਪੀ ਲੈਣਾ ਬਈ, ਅੱਧਾ ਪਾਣੀ ਪਾਣੀ ਅੰਦਰ ਜਾਊਗਾ, ਵਾਇਰਸ ਉੱਥੋਂ ਵੀ ਜਾਂਦਾ। ਇੱਕ ਵਾਰੀ ਜਿਹੜੀ ਜ਼ਿਆਦਾ ਹੁਣ ਦਿੱਕਤ ਆਈ ਜਾਂਦੀ ਹੈ, ਮੈਨੂੰ ਕਈ ਬੰਦਿਆਂ ਦੇ ਗਰੁੱਪਾਂ 'ਚ ਵੀ ਗੱਲ ਚੱਲੀ ਹੈ, ਕਈ ਭਰਾ ਹੁਣ ਦੱਸਦੇ ਵੀ ਹੈ, ਕਬੂਤਰ ਨੂੰ ਬੁਖਾਰ ਬਹੁਤ ਆ ਰਿਹਾ ਸੀ ਪਿਛਲਿਆ 2 ਮਹੀਨਿਆਂ 'ਚ, ਕਬੂਤਰ ਪਾਣੀ ਪੀਂਦੇ ਕੁੰਡਿਆਂ ਨੇੜੇ ਹੋ ਕੇ ਬਹਿ ਜਾਂਦੇ ਸੀ, ਪਾਣੀ ਪੀ ਜਾਂਦੇ ਕੁੰਡੇ ਨੇੜੇ ਹੋ ਬੈਠੀ ਜਾਂਦੇ ਅਤੇ ਇਕੱਠੇ ਹੋ ਕੇ ਮਰ ਜਾਂਦੇ ਸੀ, ਉਹ ਬੁਖਾਰ ਦੀ ਦਿੱਕਤ ਆ। ਉਹ ਬਾਅਦ 'ਚ ਘੁੰਮਦੇ ਵੀ ਆ ਕਬੂਤਰ, ਕਈ ਕਬੂਤਰ ਘੁੰਮ ਜਾਂਦੇ ਆ, ਕਈ ਮਰ ਜਾਂਦੇ ਸੀ, ਉਹ ਬੁਖਾਰ ਦੀ ਦਿੱਕਤ ਆਉਂਦੀ ਆ ਬਾਈ। ਜੱਜਮੈਂਟ ਇਹੀ ਆ ਵੀ ਨੇੜੇ ਬਹਿੰਦੇ ਸੀ, ਪਾਣੀ ਪੀਂਦੇ ਆ ਬਾਈ, ਵੱਧ ਪੋਟੇ ਪਾਣੀ ਭਰ ਲੈਂਦੇ, ਪਾਣੀ ਪੱਜਦਾ ਨਹੀਂ, ਕੁੰਡੇ ਨੇੜੇ ਹੋ ਬੈਠੀ ਜਾਂਦੇ ਆ, ਕਿਉਂਕਿ ਅੰਦਰ ਤਪਸ਼ ਬਣਦੀ ਹੈ, ਉਹ ਪਾਣੀ ਵੱਧ ਪੀਣਗੇ ਅਤੇ ਪੱਜਦਾ ਹੈ ਨੀਗਾ, ਉਹ ਬੁਖਾਰ ਹੁੰਦਾ ਬਾਈ। ਆਪਾਂ ਹੋਰ ਦਵਾਈਆਂ ਦੇਈ ਜਾਂਦੇ ਹਾਂ, ਕਬੂਤਰ ਪਾਣੀ ਨਹੀਂ ਖਿੱਚਦਾ, ਉਹ ਪਰ ਮੇਨ ਰੀਜ਼ਨ ਬੁਖਾਰ ਹੁੰਦਾ। ਉਹ ਇੱਕ ਵਾਰੀ ਇੱਕ ਕਬੂਤਰ ਨੂੰ ਖੁੱਡੇ 'ਚ ਹੋ ਗਿਆ ਨਾ, ਵਾਇਰਸ ਸਾਰੇ ਖੁੱਡੇ ਜਾਊਗਾ, ਇਹ ਵੀ ਇੱਕਦਮ ਹੱਲ ਹੈਗਾ ਬੁਖਾਰ ਦਾ। ਕੀ ਬਾਈ, ਬੁਖਾਰ ਦਾ ਹੱਲ ਹੁੰਦਾ ਕੋਈ? ਬਾਈ ਯਾਰ, ਮੈਂ ਤਾਂ ਵੈਰੀਵਿਨ ਅਤੇ ਟੈਟਰਾਸਾਈਕਲ ਇੰਜੈਕਸ਼ਨ, ਦੋ ਦੋ ਪੁਆਇੰਟ ਲਾਉਣਾ। ਸੋ ਟੈਟਰਾਸਾਈਕਲ ਦਿਨ 'ਚ 2 ਵਾਰੀ ਲਾਉਂਦਾ ਸੀ, ਵੈਰੀਵਿਨ ਦਿਨ 'ਚ 1 ਵਾਰੀ, 3 ਦਿਨ ਲਾ ਦਿਓ ਬੁਖਾਰ ਚੱਕ ਦਿੰਦਾ ਬਾਈ। ਆਪਾਂ ਗੋਲੀ ਦੇਈ ਜਾਂਦੇ ਹਾਂ, ਜਦੋਂ ਪਾਣੀ ਦੇ ਅੰਦਰ ਲੈਂਦਾ, ਦਵਾਈ ਕਿੱਥੋਂ ਅੰਦਰ ਲੈ ਜੂ ਬਾਈ? ਉਹ ਉੱਥੇ ਟੀਕੇ ਕੰਮ ਕਰੂਗਾ। ਅੱਛਾ ਬਾਈ, ਜੇ ਆਪਾਂ ਬੱਚਿਆਂ ਦਾ ਮਤਲਬ ਆਂਡਿਆਂ ਦੀ ਗੱਲ ਕਰਦੇ ਹਾਂ, ਠੀਕ ਆ, ਆਂਡਿਆਂ 'ਚ ਬੱਚੇ ਮਰਦੇ ਆ, ਉਹ ਕਾਰਨ ਕੀ ਆ? ਆਂਡਾ ਟੁੱਟਦਾ ਨਹੀਂ ਜਾਂ ਬੱਚੇ ਕਮਜ਼ੋਰ ਨੇ? ਕਾਰਨ ਕਲਦੀ ਬਾਈ ਨਾ, ਪਤਾ ਆਪਣੇ ਪਹਿਲਾਂ ਥਿੰਕਿੰਗ ਮੇਰੀ ਵੀ ਇਹ ਸੀ ਪਹਿਲਾਂ ਲੋਕਾਂ ਦੀ, ਕਿ ਕਬੂਤਰਾਂ ਬਦਾਮ ਬਾਹਲੇ ਪਾਤੇ, ਕਬੂਤਰ ਕਬੂਤਰਾਂ ਨੂੰ ਤਾਂ ਆਂਡੇ ਛਿਲਕੇ ਪੱਕੇ ਆ ਗਏ। ਆਂਡੇ 'ਚੋਂ ਬੱਚਾ ਨਿਕਲਣ ਖਾਤਰ 37 ਡਿਗਰੀ ਟੈਂਪਰੇਚਰ ਚਾਹੀਦਾ ਬਾਈ, ਅਤੇ ਮੋਇਸਚਰ ਪਹਿਲੇ ਜਿਹੜੇ ਆਪਣੇ ਪਹਿਲੇ ਦਿਨ ਹੁੰਦੇ ਆ, ਮੁਰਗੀ ਦੇ ਲਾਲੋ ਕਬੂਤਰ 18 ਦਿਨ, 21 ਦਿਨਾਂ 'ਚ ਬੱਚਾ ਨਿਕਲਦਾ ਜਾਂ 20 'ਚੋਂ ਨਿਕਲ ਆਉਂਦਾ, ਜਿਹੜੇ ਪਹਿਲੇ ਦਿਨ ਹੁੰਦੇ ਆ ਨਾ, ਉਹ 50-55 ਮੋਇਸਚਰ ਚਾਹੀਦਾ ਆਂਡੇ ਨੂੰ। ਕਬੂਤਰੀ ਤਾਂ ਦੇਈ ਜਾਂਦੀ ਆ, ਉਹ ਤਾਂ ਹਵਾ 'ਚ ਵੀ ਆ ਜਾਂਦਾ, ਕਬੂਤਰੀ ਤੋਂ ਵੀ ਆ ਜਾਂਦਾ। ਜਿਹੜੇ ਅਖੀਰਲੇ 2-3 ਦਿਨ ਹੁੰਦੇ ਨਾ, ਉਹ ਮੋਇਸਚਰ 70-80 ਚਾਹੀਦਾ ਆਂਡੇ 'ਚੋਂ ਬੱਚੇ ਨੂੰ ਨਿਕਲਣ ਖਾਤਰ। ਆਂਡਾ ਪੋਲਾ ਹੋਊਗਾ, ਮੋਇਸਚਰ ਵੱਧ ਹੋਊਗਾ ਅਤੇ ਸੌਖਾ ਨਿਕਲ, ਕਦੇ ਵੇਖ ਲਿਓ ਜਦੋਂ ਮੌਸਮ ਛਿੱਲ ਵਾਲਾ ਹੋਊਗਾ, ਆਪਣੇ ਆਂਡੇ 'ਚ ਬੱਚੇ ਨਹੀਂ ਮਰਦੇ ਉਸ ਟਾਈਮ। ਇਹਦਾ ਬਾਈ ਮੇਨ ਸੌਖਾ ਕੰਮ ਤਾਂ ਗਲਦੀਪ ਇਹੀ ਹੈ, ਤੁਸੀਂ ਕੁੰਡੇ 'ਚ ਜਾਂ ਤਾਂ ਖੁੱਲ੍ਹਾ, ਜਿਹੜੇ ਖੁੱਡੇ ਖੁੱਲ੍ਹੇ ਆ ਉਹਦਾ ਜਾਲ 'ਚ ਕਬੂਤਰ ਨਹਾਉਣ ਨੂੰ ਪਾਣੀ ਰੱਖਣਾ, ਕਬੂਤਰੀਆਂ ਆਪੇ ਗਿੱਲੇ ਕਰਕੇ ਆਂਡੇ 'ਤੇ ਬਹਿ ਜਾਂਦੀਆਂ। ਜੇ ਆਪਾਂ ਉਹ ਵੀ ਨਹੀਂ ਕਰ ਸਕਦੇ, ਆਪਾਂ ਨੂੰ ਆਈਡੀਆ ਹੁੰਦਾ ਕਿ ਆਪਣੇ ਬੱਚੇ ਨਿਕਲਣ ਵਾਲੇ ਆ, ਜਾਂ ਤਾਂ ਆਂਡੇ 'ਤੇ ਫੁਹਾਰੇ ਦਾ ਪਾਣੀ ਮਾਰਦੇ ਅਤੇ ਜਾਂ ਕਬੂਤਰਾਂ ਦੀ ਛਾਤੀ 'ਤੇ ਮਾਰਦੇ, ਪਾਣੀ ਨਾਲ ਕੋਈ ਆਂਡੇ ਨਹੀਂ ਖਰਾਬ ਹੁੰਦੇ, ਕੁਛ ਨਹੀਂ ਹੁੰਦਾ, ਬਸ ਉਹ ਛਿਲਕਾ ਜਦੋਂ ਆਂਡ ਬੱਚੇ ਨਿਕਲਦੇ ਨੇੜੇ ਟਾਈਮ ਹੋਵੇ, 2-3 ਦਿਨ ਰਹਿਣ, ਉਹ 1-2 ਵਾਰੀ ਕਬੂਤਰਾਂ ਦੀ ਛਾਤੀ 'ਚ ਪਾਣੀ ਮਾਰਦੇ ਕੂਦਰੀ ਦੇ, ਕਬੂਤਰ ਹਜੇ ਘੱਟ ਪੈਂਦਾ, ਕੂਦਰੀ ਜ਼ਿਆਦਾ ਪੈਂਦੀ ਆ, ਤੋ ਸੈੱਲ ਬੱਚੇ ਆਂਡੇ ਪੋਲੇ ਹੋ ਜਾਂਦੇ ਅਤੇ ਬੱਚੇ ਸੌਖੇ ਨਿਕਲੇ ਆਉਂਦੇ ਆ। ਕੋਈ ਆਂਡੇ ਉਂਡੇ ਬਦਾਮ ਵੱਧ ਪਾ ਜਾਂਦਾ ਕੋਈ ਚੱਕਰ ਨਹੀਂ ਹੁੰਦਾ ਬਾਈ, ਇਹਦਾ ਮੋਇਸਚਰ ਦੇ ਹਿਸਾਬ ਨਾਲ ਬੱਚੇ ਨਿਕਲਦੇ ਆ। ਓਕੇ, ਜਿਹੜੇ ਮੋਇਸਚਰ 70-80 ਚਾਹੀਦਾ ਬੱਚਾ ਨਿਕਲਣ ਲਈ, ਅਤੇ ਸੇਕਣ ਲਈ 55 ਚਾਹੀਦਾ। ਇਹ ਆਉਂਦਾ ਕਿਹੜੇ ਟਾਈਮ ਜਿਹੇ 'ਚ ਪ੍ਰੋਬਲਮ ਹੈ ਇਹ ਬਾਈ ਯਾਰ? ਇਹ ਤਾਂ ਜਦੋਂ ਗਰਮੀ ਵਾਲੀ ਹੋ, ਜਦੋਂ ਵੀ ਹੋ ਜਾਂਦਾ, ਕਈ ਵਾਰੀ ਖੁੱਡੇ ਵੀ ਲੋਕਾਂ ਦੇ ਇਸ ਹਿਸਾਬ ਨਾਲ ਹੁੰਦੇ, ਤਪਿਸ਼ ਵੱਧ ਹੁੰਦੀ ਹੈ, ਉੱਥੇ ਵੀ ਦਿੱਕਤ ਆਉਂਦੀ ਹੈ। ਇਹ ਜਿਹੜੇ ਹੁਣ ਖੁੱਡੇ ਸਿੱਲ ਵਾਲੇ ਆ, ਉੱਥੇ ਦਿੱਕਤ ਘੱਟ ਆਉਂਦੀ ਹੈ, ਉਹਦੇ ਬੱਚੇ ਨਹੀਂ ਆਂਡੇ 'ਚ ਮਰਦੇ। ਓਕੇ, ਮੇਨ ਤਾਂ ਹਲਮੇ ਬਈ ਯਾਰ ਸੌਖਾ ਦੇਈਏ, ਕੂੰ ਖੁੱਲ੍ਹਾ ਪਾਣੀ ਰੱਖੋ ਕੁੰਡੇ 'ਚ, ਕਬੂਤਰ ਨਾ ਆ ਵੀ ਲਿਆ ਕਰਨ, ਉਹ 'ਚ ਦਿੱਕਤ ਖੁੱਡੇ 'ਚ ਆਉਂਦੀ ਨਹੀਂ। ਜਾਂ ਮਤਲਬ ਜੇ ਨਹੀਂ ਉਹ ਵੀ ਕਰ ਸਕਦੇ, ਆਪਾਂ ਫੁਹਾਰਾ ਤਾਂ ਹੁੰਦਾ ਹੀ ਆ ਬਈ, ਜਿਹੜੇ ਬਾਲਾਂ 'ਚ ਮਾਰ ਦਿੰਦੇ ਆ ਜਾਂ ਪਸ਼ੂਆਂ ਦੇ ਮੱਖ ਤੋਂ ਮਾਰਦੇ ਆ, ਉਹ ਪਾਣੀ ਦਾ ਭਰ ਕੇ ਕਬੂਤਰੀਆਂ ਦੇ ਪੋਟੇ 'ਤੇ ਮਾਰਦੇ। ਜਿੰਨਾਂ ਦਿਨਾਂ 'ਚ ਖੁਸ਼ਕ ਹਵਾ ਚੱਲਦੀ ਹੈ ਨਾ, ਉਹਨਾਂ ਦਿਨਾਂ 'ਚ ਜ਼ਿਆਦਾ ਪ੍ਰੋਬਲਮ ਆਉਂਦੀ, ਜਿਵੇਂ ਪੱਛੋ ਚੱਲਦੀ ਆ, ਖੁਸ਼ਕ ਹੁੰਦੀ ਆ ਉਹ, ਉਹਨਾਂ ਦਿਨਾਂ 'ਚ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਉਹ ਫਿਰ ਜਿੰਨਾ ਅੰਡਿਆਂ ਦਾ ਮੋਇਸਚਰ ਹੁੰਦਾ ਉਹ ਖਿੱਚ ਲੈਂਦੀ ਆ, ਉਦੋਂ ਜ਼ਿਆਦਾ ਪ੍ਰੋਬਲਮ ਆਉਂਦੀ ਆ। ਤਾਂ ਆਮ ਤਾਂ ਬਸ ਆ ਹੰਟੀ ਦੀ ਗੱਲ ਸਹੀ ਹੈ, ਪਾਣੀ ਧਰਿਆ ਹੋਵੇ ਨਹਾਉਣ ਨੂੰ, ਜੇ ਨਹੀਂ ਧਰਨਾ ਤਾਂ ਫੜ ਕੇ ਕਬੂਤਰੀ ਦਾ ਢਿੱਡ ਡੁਬੋ ਕੇ ਪਾਣੀ 'ਚ ਛੱਡ ਦਿਓ, 2 ਵਾਰੀ ਕਰ ਦਿਓ, ਬਸ ਬੱਚਾ ਨਿਕਲਿਆ ਆਉਂਦਾ ਸੌਖਾ। ਗੱਲ ਸਿਰਫ ਇੰਨੀ ਹੀ ਹੈ, ਇੰਨੀ ਆ ਬਾਈ, ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਆਂਡਾ ਨਰਮ ਹੋ ਜਾਂਦਾ, ਛਿਲਕਾ ਟੁੱਟ ਜਾਂਦਾ, ਕੋਈ ਕਰੀ ਜਾਂਦਾ ਇਹ ਫਲਾਣਾ ਖੁਰਾਕ ਵੱਧ ਪੈ ਗਈ। ਨਹੀਂ ਨਹੀਂ ਬਾਈ, ਉਹ ਕੋਈ ਚੱਕਰ ਨਹੀਂ, ਇਹ ਮੋਇਸਚਰ ਹੁੰਦਾ, 70-80 ਪੈਸੇ ਮੋਇਸਚਰ ਚਾਹੀਦਾ ਬੱਚਾ ਨਿਕਲਣ ਖਾਤਰ।
ਇਹ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ। ਇੱਕ ਨਾ ਦੇਸੀ ਜਗਾੜ ਜਾਂ ਪਾਣ ਬੱਚੇ ਕਢਾਉਣ ਵਾਲੀ ਮਸ਼ੀਨ ਜੀ ਬਣਾਈ ਸੀ, ਉਦੋਂ ਬਾਅਦ ਇਹ ਚੀਜ਼ ਮੈਂ ਗੌਰ ਕਰੀ, ਉਹਨੇ ਮੈਨੂੰ ਪਹਿਲੀ ਵਾਰ ਸਾਰੇ ਅੰਡਾ ਜੀ ਬੱਚੇ ਮਰ ਗਏ ਕੁਕੜੀ ਦੇ। ਦੂਜੇ ਦਿਨ ਮੈਨੂੰ ਦੱਸਿਆ ਉਹਨੇ, ਫਿਰ ਮੈਂ ਯੂਟਿਊਬ ਤੋਂ ਸਰਚ ਕੀਤਾ, ਯੂਟਿਊਬ ਖੋਲ ਕੇ ਦੇਖ ਲਓ, ਯੂਟਿਊਬ 'ਤੇ ਬਹੁਤ ਕੁਛ ਪਿਆ ਬਾਈ। ਉਦੋਂ ਬਾਅਦ ਜੀ ਗੌਰ ਕਰਨ ਲੱਗਾ ਮੇਰਾ ਕਦੇ ਅੰਡੇ 'ਚ ਬੱਚਾ ਨਹੀਂ ਮਰਿਆ ਬਾਈ। ਇਹ ਹੁਣ ਗੱਲ ਤੁਹਾਡੀ ਸਹੀ ਹੈ, ਜਿਹੜੀ ਬੰਦੇ ਗੱਲ ਕਰਦੇ ਨਾ ਵੀ ਖੁਰਾਕ, ਜਦੋਂ ਕਬੂਤਰਾਂ ਨੂੰ ਜ਼ਿਆਦਾ ਕੈਲਸ਼ੀਅਮ ਪੈ ਜੇ ਨਾ, ਜਿਹੜਾ ਅੰਡੇ ਦਾ ਛਿਲਕਾ ਹੁੰਦਾ ਨਾ, ਉਹ ਸਾਰਾ ਕੈਲਸ਼ੀਅਮ ਦਾ ਬਣਿਆ ਹੁੰਦਾ। ਕੈਲਸ਼ੀਅਮ ਹੁੰਦਾ ਕਿਹੜਾ ਖੁਰਾਕ 'ਚ, ਜਿਹੜਾ ਪਤਾ ਹੀ ਨਾ ਹੋਵੇ ਲੋਕਾਂ ਨੂੰ, ਕਦੇ ਵੀ ਉਹ ਪਾਈ ਜਾਂਦਾ ਹੋਵੇ? ਆਮ ਤਾਂ ਦਾਲਾਂ ਸਬਜ਼ੀਆਂ ਜਿਹੜੀਆਂ ਆਪਾਂ ਆਪਣੇ ਪਾਉਂਦੇ ਆ, ਗ੍ਰੇਨਸ ਪਾਉਂਦੇ ਆ, ਜਿਵੇਂ ਮੂੰਗੀ ਦੀ ਦਾਲ ਹੋ ਗਈ ਜਾਂ ਹੋਰ, ਇਹਨਾਂ 'ਚ ਸਾਰਿਆਂ 'ਚ ਕੈਲਸ਼ੀਅਮ ਹੁੰਦਾ, ਚੌਲਾਂ 'ਚ ਬਹੁਤ ਹੁੰਦਾ। ਇਹ ਉਹ ਜਦੋਂ ਖੁਰਾਕ ਕੋਈ ਵੀ ਬੰਦਾ ਇੱਕ ਤਰ੍ਹਾਂ ਦੀ ਲੰਬਾ ਟਾਈਮ ਪਾਈ ਜਾਂਦਾ, ਉਹ ਵੱਧ ਜਾਂਦੀ ਹੈ ਮਾਤਰਾ, ਉਹਦੇ ਨਾਲ ਅੰਡਿਆਂ ਦੇ ਛਿਲਕੇ ਹਾਰਡ ਜ਼ਰੂਰ ਆ ਜਾਂਦੇ ਆ। ਪਰ ਆਹ ਸਭ ਤੋਂ ਵਧੀਆ ਤਰੀਕਾ ਨਰਮ, ਮਤਲਬ ਗਿੱਲਾ ਕਰਨ ਦਾ, ਜਦੋਂ ਦੋ ਦਿਨ ਰਹਿ ਗਏ ਪੋਟਾ ਡਬੋ ਦੇ ਕਬੂਤਰੀ ਦਾ, ਦੇ ਬਸ ਛੱਡ ਦਿਓ, ਪਾਣੀ 'ਤੇ ਬਹਿ ਜਾਂਦੀ ਹੈ, ਉੱਤੇ ਨਰਮੀ ਨਾਲ ਨਿਕਲ ਆਉਂਦਾ ਬੱਚਾ, ਪਾਣੀ ਨਾਲ ਖੋਲ ਨਰਮ ਹੋ ਕੇ ਫੁੱਟ ਜਾਂਦਾ। ਇਹ ਨਾ ਅੰਡਿਆਂ ਦੇ ਵਿੱਚ ਮਾਈਕਰੋ, ਮਤਲਬ ਉਹਦੇ ਨਾਲ ਦੇਖਣਾ ਪੈਂਦਾ, ਜਦੋਂ ਬੱਚੇ ਨਿਕਲਦੇ ਆ ਨਾ, ਉਦੋਂ ਸਾਰੇ ਅੰਡਿਆਂ ਦੇ ਵਿੱਚ ਨਾ ਬਰੀਕ ਬਰੀਕ, ਚਾਹੇ ਮੁਰਗੀ ਦਾ ਚਾਹੇ ਕਬੂਤਰ ਦਾ, ਬਰੀਕ ਜਿਵੇਂ ਆਪਣੇ ਆ ਰੋਮ ਹੁੰਦੇ ਆ ਬਾਲਾਂ ਦੇ, ਐਂ ਰੋਮ ਹੁੰਦੇ ਆ, ਉਹ ਉਸੇ ਰਾਹੀਂ ਅੰਡੇ ਨੂੰ ਹਵਾ ਲੱਗਦੀ ਹੈ, ਉਹੀ ਸਾਰਾ ਕੁਛ ਕਰਦਾ। ਬਹੁਤ ਵੱਡਾ ਪ੍ਰਕਿਰਤੀ ਦਾ ਇੱਕ ਨਿਯਮ ਆ, ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਆ, ਉਹ ਜਿਹੜੇ ਹੋਲ ਆ ਵੱਡੇ ਹੋਈ ਜਾਂਦੇ ਆ, ਅਖੀਰ 'ਤੇ ਉਹ ਜਦੋਂ ਦਿਨ ਪੂਰੇ ਹੋ ਜਾਂਦੇ ਆ, ਅੰਡਾ ਇੱਕ ਥਾਂ ਤੋਂ ਨਰਮ ਹੋ ਕੇ ਟੁੱਟ ਜਾਂਦਾ ਨੱਕ ਵਾਲੇ ਪਾਸੇ, ਕਿਤੋਂ ਹੀ ਲਾ ਲਓ। ਬੱਚੇ ਦੇ ਨਾ ਜਨਮ ਤੋਂ ਹੀ ਇੱਕ ਚੁੰਝ ਹੁੰਦੀ ਆ ਨਿੱਕੀ ਜੀ, ਆਮ ਚੁੰਝ ਦੇ ਉੱਤੇ ਹੁੰਦੀ ਆ ਉਹ, ਉਹ ਜਦੋਂ ਬੱਚਾ ਉਹਦੀ ਠੋਕਰ ਲਾਉਂਦਾ, ਅੰਡਾ ਉੱਥੋਂ ਟੁੱਟ ਜਾਂਦਾ, ਜਦੋਂ ਬੱਚਾ ਬਾਹਰ ਨਿਕਲਿਆ ਹੁੰਦਾ ਉਹ ਝੜ ਜਾਂਦੀ ਆ। ਸਿਰਫ ਬੱਚੇ ਨੂੰ ਨਿਕਲਣ ਵਾਸਤੇ ਉਹ ਰੱਬ ਨੇ ਦਿੱਤੀ ਆ, ਠੀਕ ਆ। ਲੋਕ ਕਹਿੰਦੇ ਕਬੂਤਰੀ ਨੇ ਅੰਡਾ ਤੋੜਤਾ, ਕਬੂਤਰੀ ਨਹੀਂ ਅੰਡਾ ਤੋੜਦੀ, ਬੱਚਾ ਅੰਦਰੋਂ ਉਸ ਚੁੰਝ ਨਾਲ ਤੋੜਦਾ, ਬੱਚੇ ਹੀ ਤੋੜਦਾ। ਹਾਂ, ਬਾਲੇ ਪਹਿਲਾਂ ਕਹਿ ਦਿੰਦੇ ਸੀ ਕਬੂਤਰ ਨੇ ਅੰਡਾ ਭੰਨ ਲਿਆ, ਕਬੂਤਰੀ ਨੇ ਅੰਡਾ ਭੰਨ ਲਿਆ, ਉਹ ਕਬੂਤਰ ਨਹੀਂ, ਬੱਚਾ ਤੋੜਦਾ ਅੰਦਰੋਂ ਦਾਬ ਦੇ ਕੇ ਜਦੋਂ, ਤੇ ਉਹ ਅੰਡੇ ਦੇ ਜਿਹੜੇ ਮੋਰੀਆਂ ਹੁੰਦੀਆਂ ਜਿਹਨੂੰ ਰੋਮ ਕਹਿ ਦਿੰਦੇ ਆ, ਉਹ ਦਿਨੋਂ ਦਿਨ ਵੱਡੇ ਹੋਈ ਜਾਂਦੇ ਆ, ਜਦੋਂ ਬੱਚੇ ਦਾ ਨਿਕਲਣ ਦਾ ਟਾਈਮ ਆਉਂਦਾ ਉਹ ਮਾੜਾ ਜਿਹਾ ਜ਼ੋਰ ਪਾਉਂਦਾ, ਅੰਡਾ ਟੁੱਟ ਜਾਂਦਾ ਆਹੀ ਗੱਲ। ਚਲੋ ਹੋਰ ਕੋਈ ਬਾਈ ਕੋਈ ਚੰਗੀ ਚੀਜ਼ ਖਿਡਾਰੀਆਂ ਨੂੰ ਦੱਸਣ ਵਾਸਤੇ? ਇੱਕ ਚੰਗੀ ਗੱਲ ਦੀ ਬਾਈ ਮੈਂ ਤੁਹਾਨੂੰ ਇੱਕ ਬਾਹਲੀ ਵਧੀਆ ਚੀਜ਼ ਦੱਸਦਾ, ਆਪਣੇ ਕਬੂਤਰ ਹੱਬੇ ਨਹੀਂ ਹੋਏ ਨੇ ਬਾਈ, ਆਪਾਂ ਜੋ ਗਰਮੀ 'ਚ ਕੱਢਦੇ ਹਾਂ ਨਾ ਕਬੂਤਰ, ਪਿਛਲੇ ਸਾਲ ਬਾਈ ਰਾਹੁਲ ਨੂੰ ਵੀ ਇਹ ਦਿੱਕਤ ਆਈ ਸੀਗੀ, ਖੱਲੀ ਪੈਣ ਲੱਗ ਜਾਂਦੀ ਆ। ਉਹਦੇ ਬਾਅਦ ਇੱਕ ਮੈਂ ਜਿਹੜਾ ਮੇਰਾ ਐਕਸਪੈਰੀਮੈਂਟ ਕੀਤਾ ਹੋਇਆ, ਆਪਾਂ ਉਹ ਲੋਕ ਕਾਲੀ ਮਿਰਚ ਜ਼ਰੂਰ ਦਿੰਦੇ ਆ, ਬ੍ਰਹਮ ਉੜਦੇ ਕਬੂਤਰਾਂ ਦਿੰਦੇ ਆ, ਹਫ਼ਤੇ ਦਸ ਦਿਨਾਂ ਤੋਂ ਭਿੱਜੀ ਕਾਲੀ ਮਿਰਚ ਦਿੰਦੇ ਆ ਕਬੂਤਰਾਂ ਨੂੰ ਕਿ ਬਾਈ ਵਾਧੀ ਨਾ ਹੋ ਜਾਵੇ। ਜਦੋਂ ਕਬੂਤਰ ਥੋੜਾ ਖੱਲੀ ਪੈਣ ਲੱਗ ਗਿਆ ਨਾ, ਹੱਬਾ ਹੋਣ ਲੱਗ ਗਿਆ, ਉਹਨੂੰ ਦੋ ਦਿਨ ਦੋ ਦੋ ਹੱਥ ਨੇ ਸੁੱਕੀਆਂ ਕਾਲੀਆਂ ਮਿਰਚਾਂ ਦੇ ਦਿਓ, ਸੁੱਕੀਆਂ ਕਾਲੀਆਂ ਮਿਰਚਾਂ, ਕਾਲੀਆਂ ਮਿਰਚ ਸੁੱਕੀਆਂ, ਭਿੱਜੀਆਂ ਨਹੀਂ ਸੁੱਕੀਆਂ, ਦੋ ਦਿਨ ਸ਼ਾਮ ਨੂੰ ਦੇ ਦਿਓ ਦੋ ਦੋ, ਤੁਹਾਡੇ ਕਬੂਤਰ ਹੱਬੇ ਹੋਣ ਹਟ ਜਾਣਗੇ ਬਾਈ। ਜਿਹੜੇ ਕਰਿਆ ਵਰਤਿਆ ਬਾਈ, ਬਾਈ ਦਾ ਕਰਿਆ ਤੁਸੀਂ, ਬਹੁਤ ਵਧੀਆ ਰਿਹਾ। ਰਾਹੁਲ ਦੇ ਬਾਈ ਦੇ ਪਿਛਲੇ ਸਾਲ ਆਈ ਸੀ ਦਿੱਕਤ, ਕਿੰਨੇ ਦਿਨ ਹੋ ਜਾਂਦਾ ਸੀਗਾ ਬਾਲਾ, ਦੋ ਤਿੰਨ ਵਾਰੀ ਦਿੱਤੀ ਉਹਨੂੰ ਰਾਤ ਨੂੰ, ਸ਼ਾਮ ਨੂੰ ਬਦਾਮਾਂ ਦੇ ਉੱਤੋਂ ਦੀ ਸੁੱਕੀਆਂ ਦੋ ਦੋ ਤਿੰਨ ਤਿੰਨ ਮਿਰਚਾਂ, ਸਹੀ ਹੋ ਗਿਆ ਸੀ ਕਬੂਤਰ, ਬਹੁਤ ਚੰਗਾ ਉੱਡਣ ਲੱਗ ਗਿਆ ਸੀ। ਓਕੇ, ਤੇ ਆਮ ਤੌਰ ਤੇ ਦੋ ਗੱਲਾਂ ਹੁੰਦੀਆਂ, ਜਾਂ ਤਾਂ ਬੱਚੇ ਹੁੰਦੇ ਦੇ ਜਿਵੇਂ ਕੋਈ ਪੱਲਾ ਠੁੱਕ ਗਿਆ, ਉਹਦੇ ਤਾਂ ਨਹੀਂ ਨਿਕਲਦੀ ਇਹ ਪ੍ਰੋਬਲਮ, ਜਿਹੜੇ ਬੱਚੇ ਦੇ ਖੁਰਾਕ ਨਾਲ ਅੰਦਰ ਬੈਵਾਦੀ ਜ਼ਿਆਦਾ ਬਣੀ ਹੋਵੇ, ਉਹ ਜਦੋਂ ਪਹਿਲੇ ਦੂਜੇ ਦਿਨ ਕੱਢਦੇ ਆ ਜ਼ੋਰ ਜ਼ਿਆਦਾ ਲਾ ਜਾਂਦਾ, ਫਿਰ ਉਹ ਬੈਵਾਦੀ ਜੋੜਾਂ 'ਚ ਹੀ ਅਸਰ ਕਰਦੀ ਹੁੰਦੀ ਆ, ਤਾਂ ਉਹ ਕਬੂਤਰ ਖੱਲੀ ਚੜ੍ਹਾਉਣ ਲੱਗ ਜਾਂਦਾ, ਉਹ ਕਾਲੀ ਮਿਰਚ ਬਹੁਤ ਵਧੀਆ ਤਰੀਕੇ ਨਾਲ ਸਹੀ ਕਰ ਦਿੰਦੀ। ਹੁੰਦੀ ਕਿਉਂ ਹੋਏ ਬੈਵਾਦੀ ਦਾ ਕਾਰਨ ਕੀ ਹੈ ਬਈ? ਜਿਵੇਂ ਚੌਲ ਵੱਧ ਪਾਤੇ, ਕੋਈ ਵੀ ਚੀਜ਼ ਆਪਾਂ ਇੱਕ ਟਾਈਮ ਲੰਬਾ ਟਾਈਮ ਪਾਈ ਜਾਂਦੇ ਹਾਂ, ਉਹ ਕਰਨ ਲੱਗ ਜਾਂਦੀ ਹੈ ਬੈ, ਉਹਦੇ ਕਰਕੇ ਫਿਰ ਜੋੜਾਂ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਕਬੂਤਰਾਂ ਨੂੰ, ਮਸਲ ਵੀ ਚੜ੍ਹਨ ਲੱਗ ਜਾਂਦੇ ਕੱਲੀ ਬਾਈ, ਕੁੱਲ ਮਿਲਾ ਕੇ ਤਾਂ ਕੱਲੀ ਬੈ ਦਾ ਕਾਰਨ ਹੈ ਤੇ ਬੈ ਕੱਢ ਦਿੰਦੇ ਕੁਛ ਬਈ, ਖੁਰਾਕ ਵੀ ਨਾ, ਖੁਰਾਕ ਵੀ ਬੜੇ ਮਸਲ ਚੜ੍ਹਨ ਲੱਗ ਜਾਂਦੇ, ਆਪਾਂ ਨਹੀਂ ਖੱਲੀਆਂ ਪੈਣ ਲੱਗ ਜਾਂਦੀਆਂ, ਉਹ ਹਿਸਾਬ ਵੀ ਹੋ ਜਾਂਦਾ ਖੁਰਾਕ ਦੇ। ਇਹ ਤਾਂ ਬਾਈ 60 ਵੱਜੀ ਹੈ, ਉਹਦੇ ਤਾਂ ਨਹੀਂ ਇਹ ਅਸਰ ਕਰਦੀ, ਉਹਨੂੰ ਤਾਂ ਦਵਾਈ ਕਰੂ, ਪਰ ਜਿਹਦੇ ਖੁਰਾਕ ਨਾਲ ਪ੍ਰੋਬਲਮ ਆਈ ਵੀ ਉਹ ਪਤਾ ਲੱਗ ਜਾਂਦਾ ਕਬੂਤਰ ਦਾ, ਉਹ ਸਹੀ ਹੋ ਜਾਂਦਾ। 60 ਵਾਲੇ ਦੇ ਗੰਢ ਗੁੰਢ ਬਣੀ ਹੁੰਦੀ, ਉਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਹੀਂ ਠੀਕ ਹੁੰਦਾ। ਚਲੋ ਸੁਝਾਅ ਬਾਈ ਕੋਈ ਖਿਡਾਰੀਆਂ ਵਾਸਤੇ, ਨਵਿਆਂ ਵਾਸਤੇ? ਬਾਈ ਯਾਰ, ਇੱਕ ਤਾਂ
ਸ਼ੌਂਕ ਕਰੋ, ਲੜਾਈ ਫਸਾਦ ਤੋਂ ਬਚੋ, ਠੀਕ ਹੈ। ਆਪਾਂ ਇਹ ਜਿਹਨੂੰ ਲੰਮੇ ਟਾਈਮ ਲੈ ਕੇ ਜਾਣਾ, ਤਾਂ ਜੇ ਤੁਸੀਂ ਜਿਵੇਂ ਕਲੇਸ਼ ਅੱਜ ਦੀ ਘੜੀ, ਹੁਣ ਮੈਂ ਬਹੁਤ ਵਾਰੀਆਂ ਦੇਖੀ ਆ ਨਾ, ਲੋਕਾਂ ਨੇ ਬਹੁਤ ਕਲੇਸ਼ ਪੈਣ ਲੱਗ ਗਿਆ, ਇਹ ਭਰਾਵਾ ਬਚੋ, ਬਣਦੀ ਹਰੇਕ ਦੀ ਨਹੀਂ, ਕਿਸੇ ਦੀ ਕਿਸੇ ਨਾਲ ਹਰ ਨਾਲ ਵਿਗੜੀ ਨਿਕਲਦੀ ਬਾਈ, ਆਪਦੇ ਏਰੀ 'ਚ ਲਾ ਲਓ, ਦੂਜੇ ਏਰੀ 'ਚ ਲਾ ਲਓ, ਕਿਸੇ ਦੀ ਕਿਸੇ ਡਿਸਪਿਊਟ ਹੁੰਦਾ ਰਹਿੰਦਾ, ਪਰ ਸ਼ੌਂਕ ਨੂੰ ਸ਼ੌਂਕ ਲੈ ਕੇ ਚੱਲੋ, ਜੇ ਜਿੱਤ ਹਾਰ ਮੰਨੋਗੇ, ਜਿੱਤੋਗੇ ਤਾਂ ਹਾਰ ਨੂੰ ਵੀ ਮਕਬੂਲ ਕਰੋ। ਸਭ ਤੋਂ ਵੱਡੀ ਗੱਲ ਹੈ, ਅੱਜ ਕੱਲ੍ਹ ਈਰਖਾ ਹੋ ਗਈ ਬਾਹਲੀ, ਹਾਰ ਮੰਨਣਾ ਹੀ ਬਹੁਤ ਔਖੀ ਹੈ, ਜਦੋਂ ਹਾਰ ਨੂੰ ਹਾਰ ਮੰਨੋ, ਜਿੱਤਦਾ ਜੇ ਅਗਲਾ ਜਿੱਤਦਾ ਨਾ, ਉਹਦੇ ਈਰਖਾ ਨਾ ਕਰੋ ਬਈ ਅਗਲਾ ਜਿੱਤਿਆ, ਜੇ ਅਗਲਾ ਅੱਜ ਕੱਲ੍ਹ ਦਾ ਬਈ ਸਿਸਟਮ ਇਹ, ਤੂੰ ਜਿੱਦਾਂ ਦੇਖ ਲੈਂਗਾ ਨਾ ਬਈ ਆ ਜਿੱਤੀ ਜਾਂਦਾ, ਠੀਕ ਹੈ, ਲੋਕ ਕੱਟਣ ਤੱਕ ਜਾਂਦੇ ਆ, ਹਰਾਉਣ ਤੱਕ ਜਾਂਦੇ ਆ। ਮੇਰੇ ਨਾਲ ਖੁਦ ਨਾ ਹੋਊਗਾ, ਪਰ ਮੈਂ ਔਨ ਕੈਮਰਾ ਨਹੀਂ ਦੱਸ ਸਕਦਾ, ਠੀਕ ਹੈ, ਕਿਉਂਕਿ ਉੱਥੇ ਫਸਾਦ ਵੱਧ ਜੂਗੀ। ਚਲੋ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ, ਤੇ ਇੱਕ ਭਰਾ ਸਾਡਾ ਕੀ ਨਾਂ ਸੀ, ਖੁਸ਼ਕਰਨ ਖੁਸ਼ਕਰਨ ਵੀਰਾ ਸਾਡਾ ਚੈਨਲ ਵਾਲਾ, ਕਈ ਬੰਦੇ ਨੇ ਜੇ ਚਿਹਰਾ ਮੂਹਰੇ ਆ ਗਿਆ ਤਾਂ ਯਾਦ ਕਰਦੇ ਹੋਣਗੇ, ਅਤੇ ਇੱਕ ਬਾਈ ਅਮਨ, ਬਾਈ ਰਾਹੁਲ ਗੰਗਾ ਦਾ ਬਹੁਤ ਧੰਨਵਾਦ, ਬਾਈ ਹੰਟੀ ਮਿੱਠੜੀ ਦਾ ਬਹੁਤ ਧੰਨਵਾਦ, ਅਤੇ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਵੀਰੇ, ਅਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਿਓ, ਥੈਂਕ ਯੂ।